ਆਪ ਹੀ ਕਰਵਾਇਆ ਹੋਣਾ, ਆਪ ਹੀ ਕਰਵਾਇਆ ਹੋਣਾ, ਇਸ ਦੇ ਨਾਲ ਪਤਾ ਨਹੀਂ ਕਿਹੜਾ ਲਾਹਾ ਲੈ ਜਾਣਗੇ। ਵੀ ਸਾਡੀ ਨਾ ਸਮਝਣ ਦੀ ਸਮਰੱਥਾ ਘੱਟ ਗਈ, ਅਸੀਂ ਇਨਫੋਰਮੇਸ਼ਨ ਦੇ ਗੁਲਾਮ ਹੋ ਗਏ, ਅਕਲ ਤੋਂ ਭਗੌੜੇ ਹੋ ਗਏ। ਰੱਬ ਨਾ ਕਰੇ ਜੀ ਇਹ ਗੋਲੀ ਚੱਲ ਜਾਂਦੀ, ਮਤਲਬ ਹਾਲਾਤ ਕਿੱਧਰ ਤੋਂ ਕਿੱਧਰ ਨੂੰ ਜਾਣੇ ਸੀ। ਇਹੋ ਜਿਹੇ ਮੌਕੇ ਦਰਬਾਰ ਸਾਹਿਬ ਦੀ ਜਿਹੜਾ ਬੰਦਾ ਸੇਵਾ ਨਿਭਾ ਰਿਹਾ ਉਹਦੇ ਉੱਤੇ ਇਹੋ ਜਿਹਾ ਹਮਲਾ ਕਰਨਾ ਇਹ ਬਹੁਤ ਹੀ ਮੰਦਭਾਗਾ। ਪਰ ਇਹਨਾਂ ਲੋਕਾਂ ਦੇ ਨਾ ਖੂਨ ਨਾਲ ਹੱਥ ਇਹਨਾਂ ਦੇ ਵੀ ਰੰਗੇ। ਸੱਤਾ ਚਲੀ ਗਈ, ਸਿਆਸੀ ਜ਼ਮੀਨ ਹੈ ਨਹੀਂ ਸੀ, ਲੋਕਾਂ ਨੇ ਠੁਕਰਾ ਦਿੱਤਾ। ਜ਼ਮੀਨੀ ਪੱਧਰ ਤੇ ਵੀ ਸੋਸ਼ਲ ਮੀਡੀਆ ਤੇ ਵੀ ਬਹੁਤ ਆਲੋਚਨਾ ਹੋ ਰਹੀ ਸੀ। ਨਹੀਂ, ਪੰਥ ਰੁੱਸ ਗਿਆ ਜੀ, ਪੰਥ ਰੁੱਸ ਗਿਆ, ਪੰਜਾਬ ਰੁੱਸ ਗਿਆ। ਹਾਲਤ ਬਣੀ ਗਈ ਸੀ, ਤੁਸੀਂ ਸਿਰਫ ਪੈਸੇ ਦੇ ਜ਼ੋਰ ਤੇ ਬਿਹਾਰ ਚ ਤਰਾਈਆਂ ਕਰਨ ਦੀ ਕੋਸ਼ਿਸ਼, ਲਮਕਿਆ ਵੀ ਤਾਂ ਹੀ ਇੰਨਾ ਮਸਲਾ। ਫਿਰ ਉਹ ਜਿਵੇਂ ਕਹਿੰਦੇ ਆ ਨਾ ਪਾਵਰ ਕਰਪਟ ਸੇ ਮੈਨ, ਫਿਰ ਇਹ ਸਾਰੇ ਪਾਣੀ ਵਾਪਰੇ ਨੇ। ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਫਕਰੇ ਕੌਮ ਵਾਪਸ ਲੈਣਾ, ਕਈ ਇਹ ਕਹਿ ਰਹੇ ਕਿ ਜਿਹੜਾ ਬੰਦਾ ਦੁਨੀਆ 'ਤੇ ਨਹੀਂ ਆਪਣੀ ਸਫਾਈ ਨਹੀਂ ਦੇ ਸਕਦਾ ਉਹਨਾਂ ਨੂੰ ਤੁਸੀਂ ਕਟਕਰੇ 'ਚ ਖੜਾ ਕੀਤਾ। ਕਈ ਐਂ ਕਹਿ ਰਿਹਾ ਕਿ ਇਹ ਤਾਂ ਕੀਤੀਆਂ ਨੇ, ਉਹ ਤਾਂ ਸਾਹਮਣੇ ਆਉਣੀ। ਜਿੰਦਾ ਮਰਜ਼ੇ ਦੀ ਗੱਲ ਨਹੀਂ, ਗੱਲ ਇੱਕ ਸੋਚ ਨੂੰ ਨਕਾਰਨਾ ਵੀ ਉਹਨੇ ਜੋ ਹੁਣ ਤੱਕ ਕੀਤਾ ਇਸ ਰੁਤਬੇ ਦਾ ਉਹ ਹੱਕਦਾਰ ਨਹੀਂ। ਉਹ ਸਿਆਸਤ ਦਾ ਜੇ ਉਹ ਗਏ, ਉਹਦੀਆਂ ਬੁਲੰਦੀਆਂ ਤਾਂ ਗਾਉਣੇ ਤਾਂ ਉਹਦੇ ਗੋਗੇ ਤਾਂ ਹੁਣ ਤੱਕ ਗਾਉਂਦੇ ਨੇ ਨਾ, ਬਾਦਲ ਸਾਹਿਬ ਨੇ ਆਹ ਕੀਤਾ, ਬਾਦਲ ਸਾਹਿਬ ਨੇ ਆਹ ਕੀਤਾ, ਬਾਦਲ ਸਾਹਿਬ ਨੇ ਯਾਦਗਾਰਾਂ ਬਣਾਈਆਂ, ਸੜਕਾਂ ਬਣਾਈਆਂ, ਜੇ ਕੀਤਾ ਉਹ ਕੀਤਾ, ਤੇ ਪਤਾ ਲੱਗ ਗਿਆ ਨਾ ਜੀ ਵੀ ਅਸਲ ਵਿਕਾਸ ਕੀ ਹੁੰਦਾ। ਤਾਂ ਇੱਕ ਸਵਾਲ ਵਿਰਸਾ ਸਿੰਘ ਬਲਟੋਹਾ ਉਹਨਾਂ ਦੇ ਨਾਲ ਜੁੜਿਆ ਹੋਇਆ ਕਿ ਜਥੇਦਾਰਾਂ ਉੱਤੇ ਕਿੰਤੂ ਪ੍ਰੰਤੂ ਕਰਨ ਕਰਕੇ ਉਹਨਾਂ ਨੂੰ ਅਕਾਲੀ ਦਲ ਚੋਂ ਹੀ ਬਾਹਰ ਕਰ ਦਿੱਤਾ ਗਿਆ। ਪਰ ਦੂਜਾ ਸਵਾਲ ਇਹ ਹੁੰਦਾ ਕਿ ਫਿਰ ਕੀ ਇਹਨਾਂ ਦੇ ਜੁਰਮ ਵਿਰਸਾ ਸਿੰਘ ਬਲਟੋਹਾ ਨਾਲੋਂ ਛੋਟੇ ਸੀ? ਅਕਾਲੀ ਆਗੂਆਂ ਦੀ ਕਮੇਟੀ ਬਣਾਈ ਹੈ, ਉਸ ਨੇ ਅਕਾਲੀ ਦਲ ਦੀ ਭਰਤੀ ਕਰਨੀ ਹੈ, ਤੇ ਜਿਹੜੀ ਚੁੰਦਾ ਕਮੇਟੀ ਸੀ ਉਹਦੇ ਵਿੱਚ ਤਾਂ ਕਿਸੇ ਦਲ ਦਾ ਵਰਕਰ ਹੋਰ ਹੈ ਵੀ ਨਹੀਂ ਸੀ ਨਾ। ਉਹ ਤਾਂ ਜਿਹਨੂੰ ਤੁਸੀਂ ਬਾਦਲ ਦਲ ਕਹਿੰਦੇ ਹੋ ਉਹਦੇ ਹੇਠਲੇ ਵਰਕਰ ਦੀ ਆਵਾਜ਼ ਸੀ। ਹੁਣ ਚੁੰਦਾ ਸਾਹਿਬ ਇਸ ਕਮੇਟੀ ਦੇ ਵਿੱਚ ਹੈਗੇ ਨੇ, ਉਹਦੀਆਂ ਜਿਹੜੀਆਂ ਸਿਫਾਰਿਸ਼ਾਂ ਨੇ ਉਹ ਆਉਣ ਵਾਲਾ ਅਕਾਲੀ ਦਲ ਜਿਹੜਾ ਮੁੜ ਕੇ ਫਾਰਮ ਹੋਣਾ ਉਹ 'ਚ ਕਿੰਨੀਆਂ ਕੁ ਲਾਗੂ ਹੁੰਦੀਆਂ ਨੇ ਜਾਂ ਉਹ ਕਰਵਾ ਸਕਦੇ ਨੇ ਜਾਂ ਕਰਦੇ ਨੇ ਆਉਣ ਵਾਲੇ ਸਮੇਂ 'ਚ ਪਤਾ ਲੱਗ। ਕੀ ਬਾਥਰੂਮ ਸਾਫ਼ ਕਰਨੇ, ਭਾਂਡੇ ਧੋਦਨੇ ਦਰਬਾਰ ਸਾਹਿਬ 'ਚ, ਜੋ ਕਿ ਆਮ ਸੇਵਾਦਾਰ ਵੀ ਕਰਦਾ, ਤੁਸੀਂ ਤੇ ਮੈਂ ਮੱਥਾ ਟੇਕਣ ਜਾਓਗੇ, ਸਾਰੇ ਕਰਦੇ ਆ, ਕੀ ਕਈ ਲੋਕ ਤੇ ਇਹਨੂੰ ਸਜ਼ਾ ਮੰਨ ਹੀ ਨਹੀਂ ਰਹੇ ਨਾ ਕਿ ਇਹ ਸਜ਼ਾ ਕਾਫੀ ਹੈ ਉਹਨਾਂ ਵਾਸਤੇ? ਦੇਖੋ ਸਜ਼ਾਵਾਂ ਹੁੰਦੀਆਂ ਨਹੀਂ, ਜਦੋਂ ਜਥੇਦਾਰ ਸਾਹਿਬ ਨੇ ਕਿਹਾ ਵੀ ਅਕਾਲ ਤਖ਼ਤ ਬਖਸ਼ਿੰਦਾ, ਜਿਵੇਂ ਦੁਨਿਆਵੀ ਅਦਾਲਤਾਂ ਸਜ਼ਾ ਦਿੰਦੀਆਂ ਨੇ, ਇੰਨੀਆਂ ਹੀ ਸਜ਼ਾਵਾਂ ਤੋਂ ਕਦੇ ਵੀ ਨਹੀਂ ਦਿੱਤੀਆਂ ਗਈਆਂ। ਲੱਗਣਾ ਪਹਿਲਾਂ ਵੀ ਸੇਵਾਦਾਰ ਉੱਥੇ ਖੜਦੇ ਨੇ, ਜਿਨ੍ਹਾਂ ਨੇ ਮਰਿਆਦਾ ਨੂੰ ਪੈਰਾਂ ਹੇਠ ਰੋਲਿਆ ਉਹ ਇੱਕ ਚਿੰਨ ਵਜੋਂ ਖੜਾਏ ਵੀ ਹੁਣ ਅਸੀਂ ਇਹ ਮਰਿਆਦਾ ਦੀ ਰਾਖੀ। ਤਾਂ ਉਹ ਫਿਰ ਕਾਲੇ ਪਾਣੀ ਤੋਂ ਪੰਜਾਬੀ ਵਰਸਸ ਪ੍ਰਵਾਸੀ ਬਣਿਆ ਕਿਤੇ ਨਾ ਕਿਤੇ, ਇਹ ਸਾਰੇ ਵਰਤਾਰੇ ਨੂੰ ਕਿਉਂ? ਦੇਖੋ, ਕਿਉਂਕਿ ਜਿਹੜੀ ਨੀਤੀ ਆ ਨਾ ਭਾਜਪਾ ਦੀ, ਉਹਨੂੰ ਸਮਝਣ ਦੀ ਲੋੜ ਆ ਵੀ ਆਪਾਂ ਇਸ ਰੂਪ 'ਚ ਕੋਈ ਵੀ ਮੋਰਚਾ ਚਲਾਈਏ ਜਾਂ ਗੱਲ ਨੂੰ ਉਭਾਰੀਏ ਕਿ ਉਹ ਨੀਤੀ ਦਾ ਅਸੀਂ ਚਾਹੁੰਦੇ ਨਾ ਚਾਹੁੰਦੇ ਉਹ ਹਿੱਸਾ ਨਾ ਬਣ ਜਾਈਏ, ਕਿਉਂਕਿ ਉਹਨਾਂ ਦੀ ਜੱਟ ਗੈਰ ਜੱਟ ਪ੍ਰਵਾਸੀ ਪੰਜਾਬ ਬਚਾਓ ਭਜੇ ਭਜਾਓ ਤੇ ਇਹ ਨੀਤੀ ਤੇ ਉਹ ਕੰਮ ਕਰ ਰਹੇ ਨੇ। ਖਹਿਰਾ ਸਾਹਿਬ ਦੇ ਪ੍ਰਾਈਵੇਟ ਬਿੱਲ ਨਾਲ ਤੁਸੀਂ ਸਹਿਮਤ ਹੋ ਜਾਣੀ ਕਿ? ਨਹੀਂ, ਮੈਂ ਉਹ ਬਿੱਲ ਨਹੀਂ ਪੜ੍ਹਿਆ, ਮੈਨੂੰ ਲੱਗਦਾ ਇਹਦਾ ਕੋਈ ਨਾ ਮੋਟੇ ਤੌਰ ਤੇ ਇਹੀ ਆਧਾਰ ਹੈ, ਸਮਾਂ ਜਿਹੜਾ ਇਹਦਾ ਬਣਾਉਣਾ ਚਾਹੀਦਾ ਸਰਕਾਰ ਨੂੰ, ਜਿਹਦੇ ਵਿੱਚ ਇਹ ਵੀ ਨਾ ਹੋਵੇ ਵੀ ਤੁਸੀਂ ਇੱਥੇ ਉਹਨਾਂ ਦਾ ਕੰਮ ਕਰਨ ਦਾ ਹੱਕ ਆ ਉਹ ਵੀ ਖਤਮ ਹੋ ਜਾਵੇ। ਅਮਤੋਜ ਮਾਨ ਬੋਲੇ ਕਿ ਦੇਖੋ ਪ੍ਰਵਾਸੀ ਅੱਜ ਪੰਜਾਬ ਦੇ ਹਿੱਤਾਂ ਨਾਲ ਕਿਉਂ ਨਹੀਂ ਖੜ ਰਹੇ, ਉਹ ਕਿਉਂ ਫੈਕਟਰੀਆਂ ਵਾਲਿਆਂ ਨਾਲ ਜਾ ਕੇ ਖੜ ਗਏ, ਕਿ ਉਹਨਾਂ ਨੂੰ ਪੰਜਾਬ ਦਾ ਪਾਣੀ ਗੰਦਾ ਹੁੰਦਾ ਨਹੀਂ ਦਿਖਦਾ? ਪੰਜਾਬ ਦੇ ਕਾਰਖਾਨਿਆਂ 'ਚ ਲੇਬਰ ਤਾਂ ਬਹੁਤ ਪ੍ਰਵਾਸੀ ਵਾ ਜੀ, ਮਤਲਬ ਉਹਨਾਂ ਨੂੰ ਪ੍ਰੋਟੈਕਸ਼ਨ ਵੀ ਦਿੱਤੀ ਗਈ, ਉਹਨਾਂ ਨੂੰ ਉਭਾਰਿਆ ਵੀ ਗਿਆ। ਸਰਕਾਰ ਦੇ ਐਕਸ਼ਨ ਨੂੰ ਕਿਵੇਂ ਦੇਖਦੇ ਹੋ? ਲੱਖਾ ਗ੍ਰਿਫਤਾਰ ਹੋਇਆ, ਹਰ ਕਿਸੇ ਨੂੰ ਅਮਤੋਜ ਹੋਣੇ ਵੀ ਲੁੱਕ ਲੁੱਕ ਕੇ ਪਹੁੰਚੇ, 3-4 ਵਜੇ ਤੋਂ ਰੇਡਸ ਹੋਣੀਆਂ ਸ਼ੁਰੂ ਹੋ ਜਾਂਦੀਆਂ, ਦੂਜੇ ਪਾਸੇ ਉਹਨਾਂ ਨੂੰ ਇਕੱਠ ਕਰਨ ਦਿੱਤਾ ਜਾਂਦਾ, ਜੇ ਮਾਹੌਲ ਦਾ ਡਰ ਸੀ
ਤਾਂ ਫਿਰ ਪ੍ਰਵਾਸੀਆਂ ਵੀ ਨਾ ਕਰਨ ਦਿੰਦੇ ਘੱਟ। ਇਹ ਸਰਕਾਰ ਆ ਜਿਹੜੀ ਇਹ ਆਰਐਸਐਸ ਦੀ ਨੀਤੀਆਂ 'ਤੇ ਚੱਲ ਰਹੀ ਹੈ, ਇਹ ਜਿਹੜਾ ਇਹੋ ਜਿਹਾ ਕੁਛ ਪੰਜਾਬ 'ਚ ਹੋ ਰਿਹਾ ਬਿਲਕੁਲ ਉਹਨੂੰ ਇਹ ਕਰ, ਜਿਵੇਂ ਜਵਾਨਬੰਦੀ ਮੋਦੀ ਕਰਾ ਰਿਹਾ ਨਾ, ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ ਵੀ ਕਾਂਗਰਸ ਮੁਕਤ ਭਾਰਤ ਤੋਂ ਅੰਦੋਲਨ ਮੁਕਤ ਸੜਕ ਆ ਗਈ, ਫਿਰ ਸੰਸਦ ਵਿਰੋਧੀ ਧਿਰ ਮੁਕਤ ਆ ਗਈ, ਫਿਰ ਇਕੱਲੇ ਇਕੱਲੇ ਦੀ ਜਵਾਨਬੰਦੀ ਆ ਗਈ, ਜਿਵੇਂ ਏਜੰਸੀਆਂ ਦੀ ਵਰਤੋਂ ਕੀਤੀ ਗਈ। ਭਗਵੰਤ ਮਾਨ ਵੀ ਇਹੀ ਕਰ ਰਿਹਾ ਪੰਜਾਬ ਦੇ ਵਿੱਚ, ਜਿਵੇਂ ਮੈਨੂੰ ਵੀ ਗ੍ਰਿਫਤਾਰ ਕੀਤਾ, ਮੈਂ ਲੱਖੇ ਨੂੰ ਘੇਰਿਆ, ਉਹਦੀ ਕਾਰ ਭੰਨ ਰਹੇ ਨੇ, ਲੱਖਾਂ ਵੀ ਲੋਕਾਂ ਨੂੰ ਮਿਹਣੇ ਤਾਨੇ ਦੇ ਰਿਹਾ, ਗਾਲਾਂ ਵੀ ਕੱਢ ਰਿਹਾ ਉਹ ਸਾਰੇ ਕਾਸੇ ਦੇ ਵਿੱਚ। ਮੈਂ ਕਹਿੰਦਾ ਸੰਭਲਣ ਦੀ ਲੋੜ ਆ, ਕਾਫੀ ਸੰਭਲਣ ਦੀ ਲੋੜ ਆ, ਸਰਕਾਰ ਆ ਜਿਹੜੀ ਜਬਰ ਤੇ ਉਤਾਰੂ। ਪਹਿਲੀ ਸਰਕਾਰ ਆ ਜਿਹੜੀ ਸੋਸ਼ਲ ਮੀਡੀਆ ਦੇਖਦੀ ਆ ਕਿ ਕੌਣ ਸਾਡੇ ਖਿਲਾਫ਼ ਬੋਲ ਰਿਹਾ ਤੇ ਉਹਨਾਂ ਉੱਤੇ ਐਕਸ਼ਨ ਕਰ ਦਿੰਦੀ ਆ, ਕਿ ਬੋਲਣ ਦਾ ਵੀ ਹੱਕ ਹੈ ਨਹੀਂ। ਪਹਿਲੀਆਂ ਸਰਕਾਰਾਂ ਸ਼ਾਇਦ ਇੰਨਾ ਧਿਆਨ ਨਹੀਂ ਸੀ ਦਿੰਦੀਆਂ, ਉਹ ਚਾਹੁੰਦੇ ਨੇ ਇਸ ਧਰਤ ਤੇ ਕੋਈ ਫੁੱਲ ਨਾ ਖਿੜੇ, ਜਿਹੜਾ ਖਿੜੇ ਬਸ ਉਹਨਾਂ ਦੀ ਕਣਸ ਦੀ ਸਜਾਵਟ ਬਣੀ, ਉਹ ਚਾਹੁੰਦੇ ਨੇ ਇਸ ਧਰਤ ਤੇ ਕੋਈ ਬੋਲ ਨਾ ਉੱਠੇ, ਜਿਹੜਾ ਉੱਠੇ ਬਸ ਉਹਨਾਂ ਦੀ ਹਾਮੀ ਭਰੇ। ਹਰ ਹਾਕਮ ਨੇ ਐ ਚਾਹਿਆ ਪਰ ਉਹ ਨਾਕਾਮ ਹੋਇਆ, ਇਹ ਵੀ ਨਾਕਾਮ ਹੋਣ। ਸਤਿ ਸ਼੍ਰੀ ਅਕਾਲ, ਪੰਜਾਬ ਅਨਕਟ ਦੇਖ ਰਹੇ ਹੋ ਤੁਸੀਂ, ਮੈਂ ਕਰਨ ਹਾਂਡਾ। ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ। ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਸਜ਼ਾ ਹੰਡਾਉਂਦੇ ਨਜ਼ਰ ਆਏ, ਜਿੱਥੇ ਹੱਥ ਦੇ ਵਿੱਚ ਬਰਛਾ ਸੀ, ਗਲ ਦੇ ਵਿੱਚ ਤਖਤੀਆਂ ਸੀ, ਉਸ ਤੋਂ ਬਾਅਦ ਬਾਥਰੂਮ ਵੀ ਸਾਫ਼ ਕੀਤੇ ਗਏ ਬਿਕਰਮ ਮਜੀਠੀਆ ਹੋਣਾ ਵੱਲੋਂ। ਪਰ ਅੱਜ ਇੱਕ ਘਟਨਾ ਵਾਪਰਦੀ ਹੈ ਜਿਸ ਦੇ ਨਾਲ ਇੱਕ ਨਵਾਂ ਵਰਤਾਂਤ ਸਿਰਜਣ ਦੀ ਗੱਲ ਹੋ ਗਈ ਹੈ। ਮੇਰੇ ਨਾਲ ਮਾਲਵਿੰਦਰ ਸਿੰਘ ਮਾਲੀ ਨੇ, ਗੱਲਬਾਤ ਕਰਦੇ ਹਾਂ ਇਸ ਸਾਰੀ ਚਰਚਾ ਉੱਤੇ, ਕਿਉਂਕਿ ਅਕਾਲੀ ਦਲ ਦੀ ਸਿਆਸਤ ਟੌੜਾ ਸਾਹਿਬ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਬਹੁਤ ਨੇੜੇ ਰਹੇ ਨੇ ਇਹਨਾਂ ਸਾਰੀਆਂ ਇਹਨਾਂ ਲੋਕਾਂ ਦੇ ਅਤੇ ਇਹਨਾਂ ਦੀ ਸਿਆਸਤ ਦੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਜੀ, ਪਹਿਲਾਂ ਤਾਂ ਗੋਲੀ ਤੋਂ ਹੀ ਗੱਲ ਸ਼ੁਰੂ ਕਰ ਲੈਂਦੇ ਹਾਂ ਜੀ। ਜਦੋਂ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ, ਇੱਕ ਪਾਸਾ ਇਹ ਜ਼ਰੂਰ ਬੋਲਦਾ ਕਿ ਆਪ ਹੀ ਕਰਵਾਇਆ ਹੋਣਾ, ਆਪ ਹੀ ਕਰਵਾਇਆ ਹੋਣਾ, ਇਸ ਦੇ ਨਾਲ ਪਤਾ ਨਹੀਂ ਕਿਹੜਾ ਲਾਹਾ ਲੈ ਜਾਣਗੇ। ਇਸ ਘਟਨਾ ਨੂੰ ਕਿਵੇਂ ਦੇਖਦੇ ਹੋ, ਇਹਦੇ ਮਾਇਨੇ ਕੀ? ਅਸਲ ਸਮੱਸਿਆ ਇਹ ਆ ਵੀ ਸਾਡੀ ਨਾ ਸਮਝਣ ਦੀ ਸਮਰੱਥਾ ਘੱਟ ਗਈ ਜੀ। ਅਸੀਂ ਇਨਫੋਰਮੇਸ਼ਨ ਦੇ ਗੁਲਾਮ ਹੋ ਗਏ, ਅਕਲ ਤੋਂ ਭਗੌੜੇ ਹੋ ਗਏ। ਹੁਣ ਜਿਹੜੇ ਬੰਦੇ ਇਹ ਘਟਨਾਕ੍ਰਮ ਨੂੰ ਸਮਝ ਨਹੀਂ ਰਹੇ ਉਹਨਾਂ ਨੂੰ ਇਹ ਲੱਗ ਸਕਦਾ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਸੁਖਬੀਰ ਦਾ ਕੱਦ ਵੱਡਾ ਹੋ ਗਿਆ ਇਹਦੇ ਨਾਲ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਬੰਦੇ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹ ਕੌਣ ਆ, ਉਹਦਾ ਪਿਛੋਕੜ ਕੀ ਆ, ਉਹਦਾ ਮਕਸਦ ਕੀ ਆ। ਉਹ ਖਾਲਿਸਤਾਨੀ ਆ, ਬੜੈਲ ਜੇਲ੍ਹ ਬ੍ਰੇਕ ਕਾਂਡ ਹੋਇਆ ਸੀ ਜਦੋਂ ਹਵਾਰਾ ਸਾਹਿਬ ਉਰੀ ਨਿਕਲੇ ਨੇ ਸੁਰੰਗ ਪੱਟ ਕੇ, ਉਹਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ, ਨਰਾਇਣ ਸਿੰਘ ਚੌੜਾ ਉਹਦਾ ਨਾਂ ਜੀ। ਤੁਰ ਤੋਂ ਇਹਨਾਂ ਮਾਮਲਿਆਂ 'ਚੋਂ ਸਰਗਰਮ ਰਿਹਾ ਗੋਲੀ ਦੀ ਰਾਜਨੀਤੀ ਦੇ ਵਿੱਚ। ਹੁਣ ਤੱਕ ਦਾ ਜਦੋਂ ਤੁਸੀਂ ਰੋਲ ਦੇਖਦੇ ਹੋ ਖਾਲਿਸਤਾਨੀ ਲਹਿਰ ਦਾ, ਉਹਦਾ ਸਾਰਾ ਰੋਲ ਇਹ ਆ ਵੀ ਉਹ ਗੱਲ ਨੂੰ ਕਿਸੇ ਲੀਹੇ ਨਹੀਂ ਪੈਣ ਦਿੰਦੀ, ਜਿਹਦੇ ਵਿੱਚੋਂ ਇੰਨੀਆਂ ਜਿਹੀਆਂ ਬਰੋਲਾਵਾਦੀ ਸਿਆਸਤ ਜਾਂ ਇੰਨੀਆਂ ਜਿਹੀਆਂ ਘਟਨਾਵਾਂ ਕਿਵੇਂ ਨਾ ਕਿਵੇਂ ਕਰ ਦਿੰਦੀ ਹੈ। ਕੇਂਦਰ ਸਰਕਾਰ ਨੂੰ ਇਹ ਗੱਲਾਂ ਰਾਸ ਆਉਂਦੀਆਂ ਨੇ। ਹੁਣ ਲੋਕਾਂ 'ਚ ਇੱਕ ਆਸ ਵੱਜੀ ਸੀ ਵੀ ਅਕਾਲੀ ਦਲ ਆ ਜਿਹੜਾ ਇਹ ਕਿਸੇ ਸਹੀ ਰਾਹ ਪੈਣ ਦਾ ਰਾਹ ਖੋਲ੍ਹਿਆ ਗਿਆ ਜੀ। ਹੁਣ ਰੱਬ ਨਾ ਕਰੇ ਜੀ ਇਹ ਗੋਲੀ ਚੱਲ ਜਾਂਦੀ, ਚੱਲ ਤਾਂ ਗਈ ਸੁਣਿਆ ਗੋਲੀ ਜਾਂ ਉਹਨਾਂ ਦੇ ਲੱਗ ਜਾਂਦੀ, ਮਤਲਬ ਹਾਲਾਤ ਕਿੱਧਰ ਤੋਂ ਕਿੱਧਰ ਨੂੰ ਜਾਣੇ ਸੀ। ਸੋ ਇਸ ਕਰਕੇ ਇਹ ਗਿਣੀ ਮਿੱਥੀ ਉਹਨਾਂ ਦੀ ਸਮਝ, ਮੈਂ ਨਹੀਂ ਕਹਿੰਦਾ ਉਹ ਏਜੰਟ ਹੈ ਕਿਸੇ ਦਾ, ਕਿਉਂਕਿ ਆਪਾਂ ਆਰਾਮ ਨਾਲ ਕੰਮ ਸਾਰ ਦਿੰਦੇ ਹਾਂ, ਭਾਜਪਾ ਦਾ ਏਜੰਟ, ਬੀਜੇਪੀ ਦਾ ਏਜੰਟ, ਆਰਐਸਐਸ ਦਾ ਏਜੰਟ, ਉਹਨੇ ਆਪਣੀ ਬੁੱਧੀ ਤੋਂ ਵੀ ਕੀਤਾ ਹੋ ਸਕਦਾ। ਹਾਂ, ਉਹਦੀ ਆਪਣੀ ਬੁੱਧੀ ਆ, ਉਹ ਖਾਲਿਸਤਾਨ ਨੂੰ ਸਮਰਪਿਤ ਆ, ਦਲ ਖਾਲਸਾ ਨਾਲ ਸੰਬੰਧਿਤ ਆ ਜੀ। ਇਸ ਕਰਕੇ ਇਹੋ ਜਿਹੇ ਮੌਕੇ ਦਰਬਾਰ ਸਾਹਿਬ ਦੀ ਜਿਹੜਾ ਬੰਦਾ ਸੇਵਾ ਨਿਭਾ ਰਿਹਾ ਉਹਦੇ ਉੱਤੇ ਇਹੋ ਜਿਹਾ ਹਮਲਾ ਕਰਨਾ ਬਹੁਤ ਹੀ ਮੰਦਭਾਗਾ। ਪਰ ਇਹਨਾਂ ਲੋਕਾਂ ਦੇ ਨਾ ਖੂਨ ਨਾਲ ਹੱਥ ਇਹਨਾਂ ਦੇ ਵੀ ਰੰਗੇ ਹੋਏ ਨੇ। ਬਹੁਤ ਲੋਕ ਇਹ ਵੀ ਕਹਿ ਰਹੇ ਮਾਲੀ ਸਾਹਿਬ, ਮੈਂ ਇਹੀ ਸਵਾਲ ਲੈਣਾ, ਜਿਵੇਂ ਤੁਸੀਂ ਕਿਹਾ ਕਿ ਅਕਾਲੀ ਦਲ ਦੇ ਰਹੀ ਇੱਕ ਨਵਾਂ ਰਾਹ ਖੁੱਲ੍ਹਣ ਦਾ ਸ਼ਾਇਦ ਇੱਕ
ਇਹ ਘਟਨਾ ਜਿਹੜੀ ਹੈ ਬਣ ਸਕਦੀ ਹੈ। ਪਰ ਕਿਵੇਂ ਦੇਖਦੇ ਹੋ ਕਿ ਅਕਾਲੀ ਦਲ ਸੁਰਜੀਤ ਹੋ ਸਕਦਾ ਅਤੇ ਅਕਾਲੀ ਦਲ ਬਾਦਲ ਦਾ ਕੀ ਬਣੇਗਾ, ਕਿ ਉਹ ਵੀ ਸੁਰਜੀਤ ਹੋ ਸਕਦੇ ਆ, ਸਿੰਪਥੀ ਮਿਲ ਸਕਦੀ ਹੈ ਇਸ ਚੀਜ਼ ਦੀ? ਨਾ ਜੀ, ਸਿੰਪਥੀ ਦਾ ਸਵਾਲ ਨਹੀਂ। ਦੇਖੋ, ਉਹਨਾਂ ਨੇ ਅਕਾਲੀ ਸਿਆਸਤ ਉੱਪਰ ਜਿਹੜਾ ਬਾਦਲਵਾਦ ਦਾ ਵਰਤਾਰਾ ਚੜਿਆ ਹੋਇਆ ਸੀ, ਜਿਹੜੇ ਕਹਿੰਦੇ ਹੁੰਦੇ ਆ ਵੀ ਸਿੱਖੀ ਦੇ ਹਰਿਆਲੇ ਬੂਟੇ 'ਤੇ ਅਮਰਵੇਲ ਬਣ ਕੇ ਛਾਏ ਹੋਏ ਸੀ, ਸਿੰਘ ਸਾਹਿਬਾਨ ਦੇ ਫੈਸਲਿਆਂ ਨੇ ਉਹ ਅਮਰਵੇਲ ਇੱਕ ਵਾਰ ਛਾਂਗਤੀ ਜੀ। ਖਾਲਸਾ ਪੰਥ ਦੇ ਵਿਹੜੇ 'ਚ ਗੇਮ ਆ, ਹੁਣ ਕਮੇਟੀ ਬਣਾ ਤੀ, ਉਹਦੀ ਜ਼ਿੰਮੇਵਾਰੀ ਲਈ ਆ। ਅਕਾਲੀ ਦਲ ਕਿਹੜੀਆਂ ਲੀਹਾਂ 'ਤੇ ਹੋਵੇ, ਉਹ ਵਰਤਾਂਤ ਵੀ ਉਹਨਾਂ ਨੇ ਸਿਰਜਿਆ ਵੀ ਕੀ ਕੀਤਾ ਤੁਸੀਂ ਹੁਣ ਤੱਕ 1978 ਤੋਂ ਲੈ ਕੇ ਮਤਲਬ ਆ ਸਾਰੀਆਂ ਬੇਅਦਬੀਆਂ ਤੱਕ, ਵੀ ਇਹ ਸਾਰਾ ਪੰਥ ਅਤੇ ਪੰਜਾਬ ਵੱਲ ਤੁਸੀਂ ਪਿੱਠ ਕਰਕੇ ਰੱਖੀ ਆ ਜੀ। ਇਹਦਾ ਮਤਲਬ ਹੁਣ ਜਿਹੜਾ ਅਕਾਲੀ ਦਲ ਬਣੂਗਾ ਉਹ ਕਿਸੇ ਧੜੇ ਦਾ ਨਹੀਂ ਬਣੂ। ਮੈਨੂੰ ਐਂ ਤਾਂ ਨਹੀਂ ਲੱਗਦਾ ਵੀ ਸਾਰੇ ਅਕਾਲੀ ਦਲ ਇਕੱਠੇ ਹੋ ਜਾਣਗੇ ਜੀ, ਪਰ ਉਹ ਇੱਕ ਵੱਡੇ ਹਿੱਸੇ ਦੀ ਨੁਮਾਇੰਦਗੀ ਕਰੂ ਜੇ ਸਹੀ ਤਰੀਕੇ ਨਾਲ ਇਹ ਅਮਲ ਅੱਗੇ ਚੜ੍ਹ ਗਿਆ। ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਆ, ਪੰਜਾਬ ਨੂੰ ਇਸ ਗੱਲ ਦੀ ਵੀ ਲੋੜ ਆ ਵੀ ਪੰਥ ਦੀ ਰਾਖੀ ਕਰਨ ਵਾਲੀ ਪਾਰਟੀ ਹੋਵੇ, ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੋਵੇ। ਇਸ ਕਰਕੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਸੁਰਜੀਤੀ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਸਹੀ ਰਾਹ ਪੈਣ ਦੇ, ਉਹ ਆਸਾਰ ਤਾਂ ਬਣਦੇ ਵਿਖਾਈ ਦਿੰਦੇ ਨੇ ਜੀ, ਪਰ ਬਹੁਤ ਸਾਰੀਆਂ ਗੱਲਾਂ 'ਤੇ ਬਹੁਤ ਕੁਛ ਮਨਸਰ ਕਰਦਾ। ਅੱਜੇ ਜਿਵੇਂ ਮੈਂ ਇੱਕ ਚਰਚਾ ਸੁਣ ਰਿਹਾ ਸੀ ਵੀ ਅਕਾਲੀ ਦਲ ਕੌਣ ਬਣਾਓ ਜੀ, ਹੁਣ ਸਾਰੇ ਆ ਜਿਹੜੇ ਉਹਨਾਂ ਨੂੰ ਨੈਤਿਕ ਤੌਰ 'ਤੇ ਕਹਿ ਤਾਂ ਵੀ ਤੁਹਾਨੂੰ ਅਗਵਾਈ ਕਰਨ ਦਾ ਹੱਕ ਨਹੀਂ ਜੀ। ਅਸਲ 'ਚ ਗੱਲ ਇਹ ਨਹੀਂ ਹੈ, ਜਿਹੜੀ ਕਮੇਟੀ ਬਣਾਈ ਆ ਉਹਦੇ ਵਿੱਚ ਵੀ ਅਕਾਲੀ ਲੀਡਰ ਨੇ ਜੇ ਆਪਾਂ ਦੇਖੀਏ, ਇਸੇ ਕਰਕੇ ਉਹਨਾਂ ਨੇ ਭਰਤੀ ਕਰਨੀ ਹੈ ਜੀ। ਜਿਹੜੇ ਉੱਥੇ ਤਲਬ ਕੀਤੇ ਸੀ, ਸੱਦੇ ਸੀ, ਜਿਹਨਾਂ ਨੇ ਗੁਨਾਹ ਮੰਨੇ ਨੇ, ਜਿਹਨਾਂ ਨੂੰ ਸਜ਼ਾ ਲਾਹੀ ਆ, ਮੁੱਖ ਤੌਰ 'ਤੇ ਜਿਹੜੀ ਸੂਬਾ ਪੱਧਰੀ ਲੀਡਰਸ਼ਿਪ ਆ ਉਹਦੇ ਬਾਰੇ ਇਹ ਟਿੱਪਣੀ ਕੀਤੀ ਆ। ਇਸੇ ਕਰਕੇ ਜਿਹੜੇ ਹੁਣ ਕਈਆਂ ਨੂੰ ਗੱਲਾਂ ਸਮਝ ਨਹੀਂ ਆਉਂਦੀਆਂ ਵੀ 5 ਸਾਲ ਲਈ ਇਹਨਾਂ ਨੂੰ ਕਹਿਣਾ ਸੀ ਸਿਆਸਤ 'ਚ ਹਿੱਸਾ ਨਹੀਂ ਲੈ ਸਕਦੇ ਜੀ, ਇਹਨਾਂ ਨੂੰ ਐਂ ਕਰਦੇ ਕਹਿਣਾ ਚਾਹੀਦਾ ਸੀ। ਉਹਨਾਂ ਨੇ ਇੱਕ ਵਾਰ ਐਡਾ ਵੱਡਾ ਫਤਵਾ ਦੇਤਾ ਵੀ ਤੁਸੀਂ ਅਕਾਲੀ ਸਿਆਸਤ ਕਰਨ ਦਾ ਨੈਤਿਕ ਹੱਕ ਗਵਾ ਚੁੱਕੇ ਹੋ ਜੀ, ਰਾਹ ਆ ਬਣਦਾ। ਹੁਣ ਉਹ ਨੈਤਿਕ ਹੱਕ ਕਿਵੇਂ ਹਾਸਲ ਕਰਦੇ ਨੇ, ਪੰਥ ਕਿਵੇਂ ਪ੍ਰਵਾਨਗੀ ਦਿੰਦੀ ਆ ਦਿੰਦਾ, ਇਹਦੇ ਵਿੱਚੋਂ ਗੱਲਾਂ ਸਾਹਮਣੇ ਆ ਜਾਣ। ਪਰ ਜਿਵੇਂ ਤੁਸੀਂ ਕਿਹਾ ਕਿ ਕਈ ਲੋਕਾਂ ਨੂੰ ਇਹ ਗੱਲ ਰਾਸ ਨਹੀਂ ਆਈ, ਬਹੁਤ ਲੋਕ ਹਾਲੇ ਵੀ ਇਹ ਕਹਿ ਰਹੇ ਕਿ ਸਜ਼ਾ ਸੁਣਾਉਣ ਵਾਲੇ ਜੇ ਪਹਿਲਾਂ ਕਹਿੰਦੇ ਸੀ ਕਿ ਅਕਾਲ ਤਖ਼ਤ ਉੱਤੇ ਇਹਨਾਂ ਦਾ ਪ੍ਰਭਾਵ ਸੀ, ਤਾਂ ਹੁਣ ਵੀ ਇਹਨਾਂ ਦਾ ਪ੍ਰਭਾਵ ਹੋ ਸਕਦਾ ਕਿ ਇਹ ਸਾਰਾ ਰਚਾ ਰਚਾਇਆ ਡਰਾਮਾ ਨਹੀਂ ਹੋ ਸਕਦਾ? ਨਹੀਂ ਨਹੀਂ, ਦੇਖੋ ਜੇ ਤਾਂ ਹਰ ਇੱਕ ਚੀਜ਼ ਨੂੰ ਡਰਾਮਾ ਕਿਹਾ ਜਾ ਸਕਦਾ ਜੀ। ਜਿਹੜੀਆਂ ਇਹ ਗੱਲਾਂ ਨੇ ਨਾ, ਇਹ ਵੀ ਅਣਜਾਣਤਾ 'ਚੋਂ ਨੇ। ਟੌੜਾ ਸਾਹਿਬ ਹੁੰਦੇ ਹੋਏ 2 ਬਹੁਤ ਵੱਡੇ ਫੈਸਲੇ ਹੋਏ ਸੀ ਜੀ। ਨੰਬਰ 1 ਤਾਂ ਤਖ਼ਤਾਂ ਦੇ ਜਥੇਦਾਰ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਨਹੀਂ ਹੋਣਗੇ, ਉਹ ਸੇਵਾ ਸ਼ਰਤਾਂ ਇਹਨਾਂ 'ਤੇ ਲਾਗੂ ਨਹੀਂ ਹੋਣਗੀਆਂ, ਇਹਨਾਂ ਨੂੰ ਆਨਰੇਰੀਅਮ ਦਿੱਤਾ ਜਾਊ, ਮਾਣ ਭੱਤਾ ਦਿੱਤਾ ਜਾਊ। ਦੂਜਾ ਫੈਸਲਾ ਇਹ ਕਰਵਾਇਆ ਸੀ, ਤਖ਼ਤਾਂ ਦੇ ਜਥੇਦਾਰ 1925 ਦੇ ਗੁਰਦੁਆਰਾ ਐਕਟ ਅਧੀਨ ਨਹੀਂ ਆਉਂਦੇ ਜੀ। ਇਸੇ ਕਰਕੇ ਸਵਾਲ ਉੱਭਰਿਆ ਸੀ ਵੀ ਇਹਨਾਂ ਦੀ ਨਿਯੁਕਤੀ ਦਾ ਸੇਵਾ ਸ਼ਰਤਾਂ ਦਾ ਮਾਮਲਾ ਤੈਅ ਕੀਤਾ ਜਾਵੇ। ਇਹਦੇ ਖਾਤਰ ਕੋਈ ਕਮੇਟੀ ਵੀ ਬਣੀ ਸੀ, ਮੁੜ ਕੇ ਪਤੀ ਨਹੀਂ ਉਹ ਕਮੇਟੀ ਕਿੱਧਰ ਚਲੀ ਗਈ। ਇਹ ਫੈਸਲੇ ਵੀ ਹੁਣ ਤੱਕ ਰੋਲੇ ਰਹੇ, ਇਸੇ ਤਰ੍ਹਾਂ ਹੁੰਦੇ ਰਹੇ। ਸੋ ਇਸ ਕਰਕੇ ਜਦੋਂ ਸੰਸਥਾ 'ਤੇ ਕਿਸੇ 'ਤੇ ਕੋਈ ਬੰਦਾ ਜਾਂਦਾ, ਮੈਂ ਨਹੀਂ ਕਹਿੰਦਾ ਹਰ ਇੱਕ ਪੂਰੀ ਤਰ੍ਹਾਂ ਪਰਫੈਕਟ ਹੁੰਦਾ ਜਾਂ ਪੂਰੀ ਤਰ੍ਹਾਂ ਮਤਲਬ ਉਹ 'ਚ ਕੋਈ ਗਲਤੀ ਨਹੀਂ ਹੋ ਸਕਦੀ, ਕਿਸੇ ਤਰ੍ਹਾਂ ਦੀ ਘਾਟ ਨਹੀਂ ਹੋ ਸਕਦੀ, ਪਰ ਜੇ ਉਹ ਮੁੱਖ ਮਾਰਗ ਸਿਹਤ 'ਤੇ ਤੁਰਦਾ ਤਾਂ ਪੰਥ ਨੂੰ ਪ੍ਰਵਾਨਗੀ ਦਿੰਦਾ ਜੀ। ਇਹ ਇਹਨਾਂ ਨਹੀਂ ਹੈਗੇ ਜਿਹੜਾ ਲੋਕਾਂ 'ਚ ਭਰਮ ਪੈਦਾ ਕੀਤਾ ਜਾਂ ਲੋਕਾਂ ਦੀਆਂ ਸੋਚ ਬਣੀ ਆ, ਉਹਦੇ ਲਈ ਵੀ ਬਾਦਲ ਦਲ ਜ਼ਿੰਮੇਵਾਰ ਆ ਨਾ। ਇਹੀ ਜ਼ਿੰਮੇਵਾਰ। ਜਦੋਂ 1998-99 'ਚ 300 ਸਾਲਾ ਸਾਜਨਾ ਦਿਵਸ ਆ ਰਿਹਾ ਸੀ, ਉਦੋਂ ਪਹਿਲਾਂ ਟੌੜਾ ਸਾਹਿਬ ਅਤੇ ਬਾਦਲ ਸਾਹਿਬ ਦੇ ਮਤਭੇਦ ਉੱਭਰ ਆਏ ਸੀ, ਕਿਉਂਕਿ ਟੌੜਾ ਸਾਹਿਬ ਨੇ ਇੱਕ ਸਵਾਲ ਉਭਾਰਿਆ ਸੀ ਵੀ ਅਕਾਲੀ ਦਲ ਦਾ ਪ੍ਰਧਾਨ ਹੋਰ ਹੋਣਾ ਚਾਹੀਦਾ, ਮੁੱਖ ਮੰਤਰੀ ਹੋਰ ਹੋਣਾ ਚਾਹੀਦਾ, ਕਿਉਂਕਿ ਅਕਾਲੀ ਦਲ ਦੀਆਂ ਹੋਰ ਜ਼ਿੰਮੇਵਾਰੀਆਂ ਨੇ ਜੀ।
ਉਹਨੇ ਆਪਦੇ ਸਿਧਾਂਤਾਂ ਅਨੁਸਾਰ ਚੱਲਣਾ। ਮੁੱਖ ਮੰਤਰੀ ਆ ਉਹਦੇ ਆਲੇ ਦੁਆਲੇ ਇੱਕ ਸੰਵਿਧਾਨ ਕੋ ਵਲਗਣਾ, ਉਹ ਤੋਂ ਮਤਭੇਦ ਵੱਧਦੇ ਵੱਧਦੇ ਉੱਥੇ ਤੱਕ ਆ ਗਏ। ਫਿਰ ਇਹ ਕਿਵੇਂ ਮਨਾਇਆ ਜਾਵੇ ਖਾਲਸਾ ਪੰਥ, ਕਿਉਂਕਿ ਇਕੱਲੇ ਪੰਜਾਬ 'ਚ ਰਹਿੰਦੇ ਸਿੱਖਾਂ ਦਾ ਤਾਂ ਹੈ ਨਹੀਂ ਸੀ, ਦੁਨੀਆਂ ਭਰ ਦੇ ਸਿੱਖਾਂ ਦਾ ਸੀ ਇਹ। ਇਹ ਤੇ ਮਤਭੇਦ ਸੀ ਵੀ ਕੀ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਸਰਕਾਰ ਰਲ ਕੇ ਬਣਾਉਣ, ਹੋਰ ਸਹਿਯੋਗ ਦਿੰਦਾ ਲੈਣ। ਇਹ ਕਹਿੰਦੇ ਸਰਕਾਰ ਦੀ ਅਗਵਾਈ ਦੇ ਵਿੱਚ ਬਣਾਇਆ ਜਾਊ। ਇਸੇ ਕਰਕੇ ਇਹਨਾਂ ਨੇ ਫਿਰ ਇੱਕ ਕਮੇਟੀ ਬਣਾਤੀ ਜਿਹਦਾ ਬਰਜਿੰਦਰ ਸਿੰਘ ਹਮਦਰਦ ਸੀ ਉਹਦਾ ਕਨਵੀਨਰ ਬਣਾਇਆ ਸੀ। ਮਤਲਬ ਉਹ ਹੁਕਮਨਾਮਾ ਪੈਰਾਂ ਹੇਠ ਰੋਲਿਆ, ਉਦੋਂ ਇਹਨਾਂ ਕੋਲ ਤਾਕਤ ਸੀ ਜੀ, ਪੰਜਾਬ ਦੀ ਸਰਕਾਰ ਵੀ ਇਹਨਾਂ ਕੋਲ ਸੀ, ਸ਼੍ਰੋਮਣੀ ਕਮੇਟੀ ਦਾ ਹਾਊਸ ਵੀ ਇਹਨਾਂ ਨੇ ਆਪਣੇ ਸੋਚ ਵਾਲਾ ਬਣਾ ਲਿਆ ਸੀ, ਜਿਹਨੂੰ ਆਪਾਂ ਕਹੀਏ ਉਹਦੀ ਚੋਣਾਂ ਹੋ ਕੇ ਹਟੀਆਂ ਸੀ। ਵਾਜਪਾਈ ਸਰਕਾਰ ਨਾਲ ਸਾਂਝ ਸੀ, ਉਦੋਂ ਪਹਿਲਾਂ ਮੁਅੱਤਲ ਕੀਤਾ ਭਾਈ ਰਣਜੀਤ ਸਿੰਘ ਨੂੰ, ਫਿਰ ਉਹਨਾਂ ਨੂੰ ਕੱਢਿਆ। ਟੌੜਾ ਸਾਹਿਬ ਨੇ ਮਹਿਸੂਸ ਕੀਤਾ ਵੀ ਹਾਲਾਤ ਆ ਜਿਹੜੇ ਹੁਣ ਆਪਣੇ ਬੱਸੋਂ ਬਾਹਰੇ ਹੁੰਦੇ ਜਾ ਰਿਹਾ, ਉਹਨਾਂ ਨੇ ਅਸਤੀਫਾ ਦਿੱਤਾ ਜੀ। ਅਸੂਲੀ ਤੌਰ 'ਤੇ ਜਿਹੜੀ ਅੰਤਰ ਕਮੇਟੀ ਹੁੰਦੀ ਆ ਉਹ ਕਿਸੇ ਪ੍ਰਧਾਨ ਦਾ ਅਸਤੀਫਾ ਪ੍ਰਧਾਨ ਕਰਕੇ ਕਾਰਜਕਾਰੀ ਪ੍ਰਧਾਨ ਚੁਣ ਸਕਦੀ ਹੈ ਜਦੋਂ ਤੱਕ ਜਨਰਲ ਹਾਊਸ ਦੀ ਮੀਟਿੰਗ ਨਹੀਂ ਹੁੰਦੀ। ਇਹਨਾਂ ਨੇ ਅਸਤੀਫਾ ਨਹੀਂ ਪ੍ਰਵਾਨ ਕੀਤਾ, ਜਲੀਲ ਕਰਕੇ ਉਹਨਾਂ ਦੇ ਖਿਲਾਫ ਬੇਵਿਸਾਹੀ ਦਾ ਮਤਾ ਪਾਸ ਕਰਕੇ ਜਨਰਲ ਹਾਊਸ ਫਿਰ ਲਾਇਆ। ਉਦੋਂ ਬਾਅਦ ਫਿਰ ਅਕਾਲ ਤਖ਼ਤ ਸ਼੍ਰੋਮਣੀ ਕਮੇਟੀ, ਅਕਾਲੀ ਦਲ ਦਾ ਪ੍ਰਧਾਨ ਤੇ ਮੁੱਖ ਮੰਤਰੀ ਤਾਂ ਪਹਿਲੇ ਸੀ ਇਹ, ਉਹ ਸਾਰੇ ਕੁਛ ਇਹਨਾਂ ਦੇ ਪੰਜੇ 'ਚ ਆ ਗਿਆ ਜੀ। ਫਿਰ ਉਹ ਜਿਵੇਂ ਕਹਿੰਦੇ ਆ ਨਾ ਪਾਵਰ ਕਰਪਟ ਸੇ ਮੈਨ, ਫਿਰ ਇਹ ਸਾਰੇ ਪਾਣੀ ਵਾਪਰੇ ਨੇ। ਜਿਵੇਂ ਤੁਸੀਂ ਕਿਹਾ ਕਿ ਪਾਵਰ ਕਰਪਟ ਸੇ ਮੈਨ, ਕੀ ਤੁਹਾਨੂੰ ਲੱਗਦਾ ਜਿਹੜੀ ਹੁਣ ਨਿਮਰਤਾ ਸੀ ਜੋ ਹਾਵ ਭਾਵ ਸੁਖਬੀਰ ਸਿੰਘ ਬਾਦਲ ਦੇ ਅਕਾਲ ਤਖ਼ਤ ਸਾਹਿਬ ਦੇ ਜਦੋਂ ਫਰਮਾਨ ਸੁਣਾਏ ਜਾ ਰਹੇ ਸੀ ਬੈਠੇ ਦਿਖਦੇ ਸੀ, ਉਹਦੇ ਪਿੱਛੇ ਇੱਕ ਵੱਡਾ ਕਾਰਨ ਇੱਥੋਂ ਤੱਕ ਲਿਆਉਣ ਤੱਕ ਇਹ ਵੀ ਸੀ ਕਿ ਸੱਤਾ ਚਲੀ ਗਈ, ਸਿਆਸੀ ਜ਼ਮੀਨ ਹੈ ਨਹੀਂ ਸੀ, ਲੋਕਾਂ ਨੇ ਠੁਕਰਾ ਦਿੱਤਾ, ਜ਼ਮੀਨੀ ਪੱਧਰ ਤੇ ਵੀ ਸੋਸ਼ਲ ਮੀਡੀਆ ਤੇ ਵੀ ਬਹੁਤ ਆਲੋਚਨਾ ਹੋ ਰਹੀ ਸੀ। ਨਹੀਂ, ਪੰਥ ਰੁੱਸ ਗਿਆ ਜੀ, ਪੰਥ ਰੁੱਸ ਗਿਆ, ਪੰਜਾਬ ਰੁੱਸ ਗਿਆ ਜੀ, ਹਾਲਤ ਬਣੀ ਗਈ ਸੀ। ਤੁਸੀਂ ਸਿਰਫ ਪੈਸੇ ਦੇ ਜ਼ੋਰ ਤੇ ਬਿਹਾਰ ਚ ਤਰਾਈਆਂ ਕਰਨ ਦੀ ਕੋਸ਼ਿਸ਼ ਲਮਕਿਆ ਵੀ ਤਾਂ ਹੀ ਇੰਨਾ ਮਸਲਾ ਜੀ, ਕਿਉਂਕਿ ਸਮਝ ਨਹੀਂ ਸਕੇ ਵੀ ਅਕਾਲ ਤਖ਼ਤ ਤੇ ਜਦੋਂ ਇਹੋ ਜਿਹੇ ਮਸਲੇ ਆਉਂਦੇ ਆ ਤਾਂ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾਂਦਾ ਹੁੰਦਾ, ਉਹਨਾਂ ਨੂੰ ਕਿਵੇਂ ਹੱਲ ਕਰਵਾਇਆ ਜਾਣਾ ਚਾਹੀਦਾ। ਉਹ ਪੁਰਾਣਾ ਸੁਭਾਅ ਪਿਆ ਹੋਇਆ ਸੀ, ਜਿਵੇਂ ਜਥੇਦਾਰ ਸਾਹਿਬ ਨੇ ਵੀ ਕਿਹਾ ਨਾ ਵੀ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਇਹਨਾਂ ਨੂੰ ਕਹਿੰਦਾ ਵੀ ਤੁਹਾਡੇ ਤਨਖਾਹ ਆਧਾਰ ਤੋਂ ਮੁਲਾਜ਼ਮ ਨੇ, ਗਲਮੇ ਤੋਂ ਫੜ ਕੇ ਇਹਨਾਂ ਨੂੰ ਲਾਹ ਕਿਉਂ ਨਹੀਂ ਦਿੰਦੇ ਜੀ, ਪਤਾ ਵੀ ਇਹ ਲੱਗਿਆ ਸੀ ਇਹਨਾਂ ਨੇ ਇੱਕ ਵਾਰ ਕੋਸ਼ਿਸ਼ ਕੀਤੀ, ਪਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਹਿੰਦਾ ਨਾ ਮੇਰੇ ਬੱਸ ਦੀ ਗੱਲ ਨਹੀਂ ਜਥੇਦਾਰਾਂ ਨੂੰ ਹਟਾਉਣਾ। ਹੁਣ ਹੋਰ ਵੀ ਔਖਾ ਹੋ ਗਿਆ ਜਥੇਦਾਰਾਂ ਨੂੰ ਇਹਨਾਂ ਨੂੰ ਹਟਾਉਣਾ ਜਿਹਨਾਂ ਦੇ ਫੈਸਲੇ ਸਾਰੇ ਪਾਸੇ ਜੈ ਜੈਕਾਰੇ ਹੋ ਰਹੀ ਹੈ ਜੀ। ਸੋ ਇਸ ਲਮਕਿਆ ਵੀ ਇਸੇ ਕਰਕੇ ਆ, ਕਿਉਂਕਿ ਜਦੋਂ ਤਨਖਾਹਦਾਰ ਇਹਨੂੰ ਤਨਖਾਹੀਆ ਕਰਾਰ ਦਿੱਤਾ ਦੂਜੇ ਦਿਨ ਜਾ ਰਿਹਾ ਲਓ ਜੀ ਤਨਖਾਹ, ਇਹ ਖੇਡ ਥੋੜੀ ਹੁੰਦੀ ਆ ਜੀ। ਮੈਂ ਉਦੋਂ ਵੀ ਕਿਹਾ ਸੀ ਵੀ ਇਕੱਲਾ ਇਕੱਲਾ ਗੁਨਾਹ ਗਿਣਿਆ ਜਾਊ, ਪ੍ਰਵਾਨ ਹੈ ਜਾਂ ਨਹੀਂ ਹੈ। ਜਦੋਂ ਫਿਰ ਇਹ ਬੰਦਾ ਬਣ ਗਿਆ, ਦੇਖ ਲਿਆ ਹੱਥ ਪੈਰ ਮਾਰ ਲਏ ਸਾਰੇ, ਜੂਸ ਬਿੰਗਲਾਂ ਨੇ ਵੀ ਰੌਲਾ ਪਾ ਕੇ ਦੇਖ ਲਿਆ, ਅਸਤੀਫਾ ਦੇ ਤਾ ਜੀ, ਮੈਂ ਹਾਲੇ ਤੱਕ ਪ੍ਰਵਾਨ ਵੀ ਨਹੀਂ ਕੀਤਾ, ਹੁਕਮ ਦੇਣਾ ਪਿਆ ਅਸਤੀਫਾ ਪ੍ਰਵਾਨ ਕਰਕੇ ਇੰਨੇ ਦਿਨਾਂ 'ਚ ਅਕਾਲ ਤਖ਼ਤ ਸਾਹਿਬ ਕੋਲ ਭੇਜੇ ਦਿਓ। ਵਿਹਾਰ 'ਚ ਤਰਾਈਆਂ ਕੀਤੀਆਂ ਨੇ, ਨਹੀਂ ਚੱਲੀਆਂ। ਡੀ ਜੀ ਪੀ ਸੈਣੀ ਹੋਣਾ ਦੀ ਗੱਲ ਹੁੰਦੀ ਹੈ, ਕਿਸੇ ਅਫਸਰ ਨੂੰ ਬੁੱਚੜ ਵੀ ਕਹਿ ਦਿੱਤਾ ਜਾਂਦਾ, ਪਰ ਜਿਨ੍ਹਾਂ ਦੀ ਸਰਕਾਰ ਹੇਠ ਜਾਂ ਜਿਹੜੇ ਉਦੋਂ ਡਿਪਟੀ ਸੀ ਐਮ ਰਹੇ ਸੀ, ਜਿਨ੍ਹਾਂ ਦੇ ਹੁਕਮਾਂ ਤਹਿਤ ਸ਼ਾਇਦ ਗੋਲੀਕਾਂਡ ਹੋਏ ਹੋਣ ਜਾਂ ਬੇਅਦਬੀਆਂ ਦੀ ਉਹਨਾਂ ਨੇ ਮੁਆਫੀਆਂ ਦਿੱਤੀਆਂ ਹੋਣ, ਕੀ ਬਾਥਰੂਮ ਸਾਫ਼ ਕਰਨੇ, ਭਾਂਡੇ ਧੋਦਨੇ ਦਰਬਾਰ ਸਾਹਿਬ 'ਚ, ਜੋ ਕਿ ਆਮ ਸੇਵਾਦਾਰ ਵੀ ਕਰਦਾ, ਤੁਸੀਂ ਤੇ ਮੈਂ ਮੱਥਾ ਟੇਕਣ ਜਾਓਗੇ, ਸਾਰੇ ਕਰਦੇ ਆ, ਕੀ ਕਈ ਲੋਕ ਤੇ ਇਹਨੂੰ ਸਜ਼ਾ ਮੰਨ ਹੀ ਨਹੀਂ ਰਹੇ ਨਾ ਕਿ ਇਹ ਸਜ਼ਾ ਕਾਫੀ ਹੈ ਉਹਨਾਂ ਵਾਸਤੇ? ਦੇਖੋ, ਸਜ਼ਾਵਾਂ ਹੁੰਦੀਆਂ ਨਹੀਂ, ਜਦੋਂ ਜਥੇਦਾਰ ਸਾਹਿਬ ਨੇ ਕਿਹਾ ਵੀ ਅਕਾਲ ਤਖ਼ਤ ਬਖਸ਼ਿੰਦਾ, ਜਿਵੇਂ ਦੁਨਿਆਵੀ ਅਦਾਲਤਾਂ ਸਜ਼ਾ ਦਿੰਦੀਆਂ ਨੇ, ਇੰਨੀਆਂ ਜੀ ਸਜ਼ਾਵਾਂ ਉੱਥੋਂ ਕਦੇ ਵੀ ਨਹੀਂ ਦਿੱਤੀਆਂ ਗਈਆਂ, ਪਹਿਲਾਂ ਕਿਹੜਾ ਦਿੱਤੀਆਂ ਗਈਆਂ ਨੇ ਕਿਸੇ ਨੂੰ? ਇਹਦੇ ਵਿੱਚ ਇਹ ਆ ਵੀ ਤੁਹਾਡੇ ਮਨ 'ਚ ਜਿਹੜੀ ਮੈਲ ਆ, ਬਦੀ ਆ, ਹੰਕਾਰ ਆ, ਉਹਨੂੰ ਸਾਫ਼ ਕਰੋ ਜੀ। ਭਾਂਡੇ ਧੋਣ ਦਾ ਇਹ ਕਿੰਨੀ ਵਾਰੇ ਆਪ ਜਾ ਕੇ ਆਏ ਨੇ, ਕਰਕੇ ਆਏ ਨੇ ਸੇਵਾ ਜੀ, ਉਦੋਂ ਹੋਰ ਰਾਉਂਡ ਦੇ ਵਿੱਚ ਜਾਂਦੇ ਹੁੰਦੇ ਸੀ। ਹੁਣ ਆ ਜਦੋਂ ਹੁਣ ਵਰਸ਼ਾ ਫੜਾ ਕੇ ਖੜਾਤਾ, ਜਿਹੜੀ ਇਹਦਾ ਮਤਲਬ ਸੰਕੇਤਕ ਚਿੰਨ ਹੈ ਇਹ, ਲੱਗਣਾ ਪਹਿਲਾਂ ਵੀ ਸੇਵਾਦਾਰ ਉੱਥੇ ਖੜਦੇ ਨੇ, ਜਿਨ੍ਹਾਂ ਨੇ ਮਰਿਆਦਾ ਨੂੰ ਪੈਰਾਂ ਹੇਠ ਰੋਲਿਆ ਉਹ ਇੱਕ ਚਿੰਨ ਵਜੋਂ ਖੜਾਏ ਵੀ ਹੁਣ ਅਸੀਂ ਇਹ ਮਰਿਆਦਾ ਦੀ ਰਾਖੀ ਕਰਾਂਗੇ।
ਆਉਣ ਵਾਲੇ ਅਮਲ ਚ ਨਵੇੜੇ ਹੋ ਜਾਣਗੇ ਬਾਕੀ ਗੱਲਾਂ ਦੇ ਜੀ, ਬਾਕੀ ਤਾਂ ਗੱਲਾਂ ਤਾਂ ਚੱਲਦੀਆਂ ਰਹਿੰਦੀਆਂ ਨੇ ਜੀ। ਤੇ ਇਹਦੇ ਸਾਰੇ ਵਰਤਾਰੇ ਦੇ ਵਿੱਚ ਤੁਹਾਨੂੰ ਲੱਗਦਾ ਕਿ ਹੁਣ ਸੁਖਬੀਰ ਸਿੰਘ ਬਾਦਲ ਮੁੜ ਤੋਂ ਆਪਣੀ ਰਾਜਨੀਤੀ ਨੂੰ ਨਵੇਂ ਸਿਰੋਂ ਉਭਾਰਨਗੇ ਤੇ ਉਹ ਰਾਹ ਕਿਹੜਾ ਹੋਏਗਾ ਕਿ ਉਹਨਾਂ ਦੀ ਮਾਨਸਿਕਤਾ ਇਸ ਵੇਲੇ ਸਮਝੀ ਜਾ ਸਕਦੀ ਹੈ? ਨਹੀਂ ਦੇਖੋ, ਉਹਨਾਂ ਦੀ ਮਾਨਸਿਕਤਾ ਤਾਂ ਉਹੀ ਸਮਝ ਸਕਦੇ ਨੇ, ਪਰ ਜਿਹੜੀ ਸਿੱਖ ਮਾਨਸਿਕਤਾ ਉਹ ਤਾਂ ਸਾਹਮਣੇ ਆ ਗਈ ਨਾ ਤੁਹਾਡੀ ਜੀ। ਜਦੋਂ ਅਕਾਲ ਤਖ਼ਤ ਬਖਸ਼ਿੰਦ ਆਪਾਂ ਕਹਿੰਦੇ ਹਾਂ, ਜੇ ਉਹਨਾਂ ਨੇ ਫਤਵਾ ਦਿੱਤਾ ਏਡਾ ਵੱਡਾ ਵੀ ਤੁਸੀਂ ਨੈਤਿਕ ਤੌਰ ਤੇ ਹੱਕ ਗੁਆ ਚੁੱਕੇ ਹੋ, ਉਹ ਨੈਤਿਕਤਾ ਹਾਸਲ ਕਰਨ ਲਈ ਫਿਰ ਤੁਹਾਨੂੰ ਪੰਥ ਦੀ ਸੇਵਾ ਦਾ ਰਾਹ ਜਿਹੜਾ ਉਹ ਅਖਤਿਆਰ ਕਰਨਾ ਪਊਗਾ ਜੀ। ਇਸ ਕਰਕੇ ਇਤਿਹਾਸ ਇਹ ਦੱਸਦਾ ਕਿੱਡੇ ਲੀਡਰ ਵੱਡੇ ਸੀ ਜਿਹੜੇ, ਮਤਲਬ ਕਿੰਨੇ ਬਖਸ਼ੇ ਗਏ ਨੇ ਸਾਡੇ ਇਤਿਹਾਸ ਤਾਂ, ਕੌਡਾ ਰਾਕਸ, ਸੱਜਣ ਠੱਗ, ਸਦਨਾ ਕਸਾਈ, ਬਾਬਾ ਬੰਦਾ ਸਿੰਘ ਬਹਾਦਰ ਜਾਂ ਹੋਰ ਵੀ ਕਿੰਨੇ ਇਹੋ ਜਿਹੇ ਹੋਣਗੇ ਜਿਹੜੇ ਕਈ ਵਾਰ ਭੱਟ ਕੇ ਰਾਹ ਤੋਂ ਜਾਂ ਕਿਸੇ ਵੱਖਰੇ ਰਾਹ ਤੇ ਜਾ ਰਹੇ ਸੀ, ਮੁੜ ਕੇ ਗੁਰੂ ਦੇ ਫਲਸਫੇ ਦੇ ਰਾਹ ਤੇ ਆਏ ਤੇ ਸਿੱਖ ਪੰਥ ਨੇ ਫਿਰ ਪ੍ਰਵਾਨ ਕਰ ਲਏ। ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਫਕਰੇ ਕੌਮ ਵਾਪਸ ਲੈਣਾ, ਕਈ ਇਹ ਕਹਿ ਰਹੇ ਕਿ ਜਿਹੜਾ ਬੰਦਾ ਦੁਨੀਆ ਤੇ ਨਹੀਂ ਆਪਣੀ ਸਫਾਈ ਨਹੀਂ ਦੇ ਸਕਦਾ ਉਹਨਾਂ ਨੂੰ ਤੁਸੀਂ ਕਟਕਰੇ 'ਚ ਖੜਾ ਕੀਤਾ, ਕਈ ਐਂ ਕਹਿ ਰਿਹਾ ਕਿ ਇਹ ਤਾਂ ਕੀਤੀਆਂ ਨੇ ਉਹ ਤਾਂ ਸਾਹਮਣੇ ਆਉਣੀਆਂ। ਦੇਖੋ ਵਿਅਕਤੀਗਤ ਰੌਲਾ ਹੈ, ਰੌਲਾ ਇੱਕ ਸਮਝਦਾ ਸੋਚਦਾ। ਅਕਾਲ ਤਖ਼ਤ ਸਾਹਿਬ ਨੇ ਪਹਿਲਾਂ ਗਿਆਨੀ ਗੁਰਮੁਖ ਸਿੰਘ ਨੂੰ ਕੱਢਿਆ ਹੋਇਆ ਸੀ ਪੰਥ 'ਚੋਂ ਤੇ ਮੀਟਿੰਗ ਕਰਕੇ ਵਾਪਸ ਲਿਆ ਸੀ ਫੈਸਲਾ। ਹੋਰ ਵੀ ਇਹੋ ਜਿਹੇ ਕਈ ਵਾਰ ਫੈਸਲੇ ਹੁੰਦੇ ਨੇ, ਅਕਾਲ ਤਖ਼ਤ ਨੇ ਸੌਦਾ ਸਾਧ ਨੂੰ ਮਾਫ਼ ਕਰਕੇ ਮੁੜ ਕੇ ਵਾਪਸ ਲਿਆ ਸੀ ਉਹ। ਇਹ ਤੇ ਜਿੰਦਾ ਮਰਜ਼ੇ ਦੀ ਗੱਲ ਨਹੀਂ, ਗੱਲ ਇੱਕ ਸੋਚ ਨੂੰ ਨਕਾਰਨਾ ਵੀ ਉਹਨੇ ਜੋ ਹੁਣ ਤੱਕ ਕੀਤਾ ਇਸ ਰੁਤਬੇ ਦਾ ਉਹ ਹੱਕਦਾਰ ਨਹੀਂ। ਉਹ ਸਿਆਸਤ ਦਾ ਜੇ ਉਹ ਗਏ, ਉਹਦੀਆਂ ਬੁਲੰਦੀਆਂ ਤਾਂ ਗਾਉਣੇ ਤਾਂ ਉਹਦੇ ਗੋਗੇ ਤਾਂ ਹੁਣ ਤੱਕ ਗਾਉਂਦੇ ਨੇ ਨਾ, ਬਾਦਲ ਸਾਹਿਬ ਨੇ ਆਹ ਕੀਤਾ, ਬਾਦਲ ਸਾਹਿਬ ਨੇ ਆਹ ਕੀਤਾ, ਬਾਦਲ ਸਾਹਿਬ ਨੇ ਯਾਦਗਾਰਾਂ ਬਣਾਈਆਂ, ਸੜਕਾਂ ਬਣਾਈਆਂ, ਜੇ ਕੀਤਾ ਉਹ ਕੀਤਾ, ਤੇ ਪਤਾ ਲੱਗ ਗਿਆ ਨਾ ਜੀ ਵੀ ਅਸਲ ਵਿਕਾਸ ਕੀ ਹੁੰਦਾ। ਜਦ ਪੰਥ ਤੇ ਪੰਜਾਬ ਵੱਲ ਕਿਹਾ ਵੀ ਤੁਸੀਂ ਪਿੱਠ ਕੀਤੀ ਆ, ਨੁਕਸਾਨ ਪਹੁੰਚਾਇਆ, ਉਹ ਮੁੱਦਿਆਂ ਕਰਕੇ ਆ, ਉਹ ਸ਼ੁਰੂ ਤਾਂ ਬਾਦਲ ਸਾਹਿਬ ਤੇ ਹੋਇਆ ਨਾ ਜੀ, ਸੁਖਬੀਰ ਨੇ ਤਾਂ ਪਿੱਛੋਂ ਆ ਕੇ ਅੱਗੇ ਵਧਾਇਆ ਉਹਨੂੰ ਜੋ ਚੱਲ ਰਿਹਾ ਜੀ। ਤਾਂ ਇੱਕ ਸਵਾਲ ਵਿਰਸਾ ਸਿੰਘ ਬਲਟੋਹਾ ਉਹਨਾਂ ਦੇ ਨਾਲ ਜੁੜਿਆ ਹੋਇਆ ਕਿ ਜਥੇਦਾਰਾਂ ਉੱਤੇ ਕਿੰਤੂ ਪ੍ਰੰਤੂ ਕਰਨ ਕਰਕੇ ਉਹਨਾਂ ਨੂੰ ਅਕਾਲੀ ਦਲ ਚੋਂ ਹੀ ਬਾਹਰ ਕਰ ਦਿੱਤਾ ਗਿਆ, ਪਰ ਦੂਜਾ ਸਵਾਲ ਇਹ ਹੁੰਦਾ ਕਿ ਫਿਰ ਕੀ ਇਹਨਾਂ ਦੇ ਜੁਰਮ ਵਿਰਸਾ ਸਿੰਘ ਬਲਟੋਹਾ ਨਾਲੋਂ ਛੋਟੇ ਸੀ ਜੋ ਇਹਨਾਂ ਨੂੰ ਉਹ ਸਜ਼ਾ ਨਹੀਂ ਸੁਣਾਈ ਗਈ? ਬਹੁਤ ਵੱਡੀ ਸਜ਼ਾ ਸੁਣਾਈ ਗਈ ਹੈ ਵਿਰਸਾ ਸਿੰਘ ਬਲਟੋਹਾ ਨਾਲੋਂ, ਇਹ ਬਹੁਤ ਵੱਡੀ ਸਜ਼ਾ ਸਮਝਣ ਦੀ ਲੋੜ ਆ ਜੀ। ਜਦੋਂ ਤੁਸੀਂ ਟਾਈਮ ਗੈਪ ਦੇ ਵਿੱਚ ਪੈਂਦੇ ਹੋ, ਇਹਨਾਂ ਨੇ ਉੱਥੇ ਵੀ ਚਲਾਕੀ ਵਰਤੀ, ਉਹਨੂੰ ਅਕਾਲੀ ਦਲ ਚੋਂ ਕੱਢਣ ਦੀ ਥਾਂ 10 ਸਾਲ ਲਈ ਵੀ ਤੂੰ ਅਕਾਲੀ ਦਲ 'ਚ ਆ ਕੇ ਕੰਮ ਨਹੀਂ ਕਰ ਸਕਦਾ, ਉਹ ਤੋਂ ਅਸਤੀਫਾ ਲੈ ਲਿਆ, ਉਹ ਕਿਹੜਾ ਪ੍ਰਵਾਨ ਕੀਤਾ ਸੰਗਤਾਂ ਨੇ? ਦੇਖੋ ਇਹ ਤਾਂ ਉਹਨਾਂ ਨੇ ਉੱਥੇ ਵੀ ਫਰਕ ਕੀਤੇ ਨੇ ਵੀ ਆਹ ਗਨਹਾਲੇ ਇੱਧਰ ਹੋ ਜਾਓ, ਆਹ ਇੱਧਰ ਹੋ ਜਾਓ, ਸਫਾਈਆਂ ਵੀ ਦਿੱਤੀਆਂ ਨੇ ਕਈਆਂ ਨੇ ਜੀ, ਕਈਆਂ ਨੂੰ ਇਹ ਵੀ ਕਿਹਾ ਵੀ ਤੁਸੀਂ ਝੂਠ ਬੋਲ ਰਹੇ ਹੋ, ਕਿਸੇ ਨੂੰ ਇਹ ਵੀ ਕਿਹਾ ਤੁਸੀਂ ਸਹੀ ਗੱਲ ਨਹੀਂ ਦੱਸ ਰਹੇ। ਸੋ ਇਹ ਤਾਂ ਕੁਛ ਤਾਂ ਬਖਰੇਵਾਂ ਤਾਂ ਹੁੰਦੇ ਹੀ ਆ ਨਾ ਜੀ, ਮਤਲਬ ਜੇ ਤੁਸੀਂ ਕਹੋ ਵੀ ਹਰ ਇੱਕ ਨੂੰ, ਹਰ ਇੱਕ ਜਿਹਦੇ ਕੋਲ ਜਿੱਡੀ ਜ਼ਿਆਦਾ ਵੱਡੀ ਸ਼ਕਤੀ ਰਹੀ ਆ, ਜਿਹਨੇ ਉਹਦੀ ਵਰਤੋਂ ਕੀਤੀ ਆ ਜਾਂ ਦੁਰਵਰਤੋਂ ਕੀਤੀ ਆ, ਉਸ ਹਿਸਾਬ ਨਾਲ ਮਤਲਬ ਮੈਨੂੰ ਇਹ ਲੱਗਦਾ ਵੀ ਬਖਰੇਵਾਂ ਹੈਗਾ ਫੈਸਲੇ ਦੇ ਵਿੱਚ, ਬਖਰੇਵਾਂ ਹੈਗਾ ਜੀ। ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ, ਅਕਾਲੀ ਆਗੂਆਂ ਦੀ ਕਮੇਟੀ ਬਣਾਈ ਹੈ, ਉਸ ਨੇ ਅਕਾਲੀ ਦਲ ਦੀ ਭਰਤੀ ਕਰਨੀ ਹੈ, ਤੇ ਜਿਹੜੀ ਚੁੰਗਾ ਕਮੇਟੀ ਸੀ ਉਹਦੇ ਵਿੱਚ ਤਾਂ ਕਿਸੇ ਦਲ ਦਾ ਵਰਕਰ ਹੋਰ ਹੈ ਵੀ ਨਹੀਂ ਸੀ ਨਾ, ਉਹ ਤਾਂ ਜਿਹਨੂੰ ਤੁਸੀਂ ਬਾਦਲ ਦਲ ਕਹਿੰਦੇ ਹੋ ਉਹਦੇ ਹੇਠਲੇ ਵਰਕਰ ਦੀ ਆਵਾਜ਼ ਸੀ। ਹੁਣ ਚੁੰਦਾ ਸਾਹਿਬ ਇਸ ਕਮੇਟੀ ਦੇ ਵਿੱਚ ਹੈਗੇ ਨੇ, ਉਹਦੀਆਂ ਜਿਹੜੀਆਂ ਸਿਫਾਰਿਸ਼ਾਂ ਨੇ, ਉਹ ਆਉਣ ਵਾਲਾ ਅਕਾਲੀ ਦਲ ਜਿਹੜਾ ਮੁੜ ਕੇ ਫਾਰਮ ਹੋਣਾ ਉਹ 'ਚ ਕਿੰਨੀਆਂ ਕੁ ਲਾਗੂ ਹੁੰਦੀਆਂ ਨੇ ਜਾਂ ਕਰਵਾ ਸਕਦੇ ਨੇ ਜਾਂ ਕਰਦੇ ਨੇ, ਆਉਣ ਵਾਲੇ ਸਮੇਂ 'ਚ ਪਤਾ ਲੱਗੂ ਜੀ। ਕੱਲ੍ਹ ਦੀ ਦਿਹਾੜੀ ਦੋ ਮਸਲਿਆਂ ਉੱਤੇ ਬਹੁਤ ਚਰਚਾ ਹੋਈ, ਇੱਕ ਮਸਲੇ ਦੀ ਆਪਾਂ ਗੱਲ ਕਰ ਲਈ, ਇੱਕ ਮਸਲਾ ਕਾਲੇ ਪਾਣੀਆਂ ਦਾ ਮੋਰਚਾ ਲਾਇਆ ਗਿਆ, ਅਮਤੋਜਮਾਨ, ਲੱਖਾ ਸਿਧਾਣਾ, ਹੋਰ ਬਹੁਤ ਸਾਰੀ ਜਨਤਾ, ਬਹੁਤ ਸਾਰੇ ਸਮਾਜ ਸੇਵੀ, ਆਮ ਲੋਕ ਵੀ ਉੱਥੇ ਪਹੁੰਚੇ, ਲੁਧਿਆਣਾ ਜਾਮ ਹੋਇਆ, ਇੱਕ ਪਾਸੇ ਪ੍ਰਵਾਸੀਆਂ ਦਾ ਇਕੱਠ ਹੋ ਗਿਆ ਸੀ, ਇੱਕ ਪਾਸੇ ਪੰਜਾਬੀਆਂ ਦਾ ਸੀ, ਤਾਂ ਉਹ ਫਿਰ ਕਾਲੇ ਪਾਣੀ ਤੋਂ ਪੰਜਾਬੀ ਵਰਸਸ ਪ੍ਰਵਾਸੀ ਬਣਿਆ ਕਿਤੇ ਨਾ ਕਿਤੇ, ਇਹ ਸਾਰੇ ਵਰਤਾਰੇ ਨੂੰ ਕਿਵੇਂ? ਦੇਖੋ ਮਸਲਾ ਬਹੁਤ ਵੱਡਾ,
ਜਿਹੜਾ ਗੁਰੂ ਸਾਹਿਬ ਦਾ ਫਰਮਾਨ ਆ ਅਸੀਂ ਉਹਦੇ ਵੱਲ ਪਿੱਠ ਕੀਤੀ ਹੋਈ ਆ, ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜੀ। ਪੰਜਾਬ 'ਚ ਪਾਣੀਆਂ ਦਾ ਬਹੁਤ ਵੱਡਾ ਗੰਭੀਰ ਸੰਕਟ ਆ, ਦੋ ਪੱਖਾਂ ਤੋਂ ਆ। ਇੱਕ ਤਾਂ ਇਹ ਵੀ ਪਾਣੀ ਰਹਿ ਕਿੰਨਾ ਕੁ ਜਾਊ, ਪਾਣੀ ਮੁੱਕਣ ਵਾਲੇ ਪਾਸੇ ਜਾ ਰਿਹਾ। ਦੂਜਾ ਜਿਹੜਾ ਪਾਣੀ ਹੈ ਦੂਸ਼ਿਤ ਐਡਾ, ਉਹ ਇਕੱਲਾ ਮਨੁੱਖਾਂ ਲਈ ਨਹੀਂ, ਜਿੰਨੇ ਵੀ ਜੀਵ ਜੰਤੂ ਨੇ ਸਾਰਿਆਂ ਲਈ ਉਹ ਹਾਨੀਕਾਰਕ ਆ। ਮਤਲਬ ਤੁਸੀਂ ਦੇਖੋ ਕਈ ਪ੍ਰਜਾਤੀਆਂ ਅਲੋਪ ਹੋ ਰਹੀਆਂ ਨੇ, ਕਿੰਨਾ ਕੁਛ ਸਾਰਾ ਕੁਛ ਹੋ ਰਿਹਾ। ਇਸ ਕਰਕੇ ਮਸਲਾ ਹੀ ਬਹੁਤ ਵੱਡਾ ਗੰਭੀਰ ਆ, ਪਰ ਇਹ ਮਸਲਾ ਹੱਲ ਜਿਹੜਾ ਹੋਣਾ ਇਹ ਹੋਣਾ ਸਰਕਾਰ ਤੇ ਦਬਾਅ ਪਾ ਕੇ ਜੀ। ਸਰਕਾਰ ਜਦੋਂ ਤੱਕ ਨੀਤੀਆਂ ਤੇ ਪਹੁੰਚਾ ਨਹੀਂ ਬਦਲਦੀ, ਹੁਣ ਸਾਰੇ ਹੀ ਕਹੀ ਜਾਂਦੇ ਨੇ ਵੀ ਉਹ ਪਾਣੀ ਗੰਦਾ ਆ ਰਿਹਾ ਜੀ, ਉਹ ਕਹੀ ਜਾਂਦੇ ਨੇ ਅਸੀਂ ਟ੍ਰੀਟਮੈਂਟ ਪਲਾਂਟ ਲਾਏ ਹੋਏ ਨੇ। ਪੰਜਾਬ ਪੋਲਿਊਸ਼ਨ ਬੋਰਡ ਕੀ ਕਰਦਾ ਜੀ, ਇਹ ਵੀ ਕਿਹਾ ਜਾਂਦਾ ਵੀ ਧਰਤੀ ਦੇ ਵਿੱਚ ਸਿੱਟੀ ਜਾਂਦੇ ਨੇ ਪਾਣੀ ਜੀ, ਕਈ ਟ੍ਰੀਟਮੈਂਟ ਪਲਾਂਟ ਲਾਏ ਹੋਏ ਨੇ ਚਲਾਉਂਦੇ ਨਹੀਂ। ਸੋ ਇੱਕ ਵੱਡੇ ਅੰਦੋਲਨ ਦੀ ਲੋੜ ਆ, ਵੱਡੀ ਦਬਾਅ ਦੀ ਲੋੜ ਹੈ ਸਰਕਾਰ ਦੇ ਉੱਤੇ। ਦੂਜੀ ਗੱਲ, ਕਿਉਂਕਿ ਜਿਹੜੀ ਨੀਤੀ ਆ ਨਾ ਭਾਜਪਾ ਦੀ, ਉਹਨੂੰ ਸਮਝਣ ਦੀ ਲੋੜ ਆ ਵੀ ਆਪਾਂ ਇਸ ਰੂਪ 'ਚ ਕੋਈ ਵੀ ਮੋਰਚਾ ਚਲਾਈਏ ਜਾਂ ਗੱਲ ਨੂੰ ਉਭਾਰੀਏ ਕਿ ਉਹ ਨੀਤੀ ਦਾ ਅਸੀਂ ਚਾਹੁੰਦੇ ਨਾ ਚਾਹੁੰਦੇ ਉਹ ਹਿੱਸਾ ਨਾ ਬਣ ਜਾਈਏ। ਕਿਉਂਕਿ ਉਹਨਾਂ ਦੀ ਜੱਟ ਗੈਰ ਜੱਟ ਪ੍ਰਵਾਸੀ ਇਹ ਪੰਜਾਬ ਬਚਾਓ ਭਜੇ ਭਜਾਓ ਇਹ ਨੀਤੀ ਤੇ ਉਹ ਕੰਮ ਕਰ ਰਹੇ ਨੇ। ਇਹ ਹਰਿਆਣਾ 'ਚ ਉਹਨਾਂ ਨੇ ਲਾਗੂ ਕਰਕੇ ਦੇਖ ਲਈ, ਜਿੱਤ ਲਈ ਤੀਜੀ ਵਾਰ। ਇਸ ਕਰਕੇ ਜਿਹੜੀਆਂ ਧਿਰਾਂ ਲੜ ਰਹੀਆਂ ਨੇ, ਕੋਈ ਵੀ ਧਿਰ ਲੜ ਰਹੀ ਹੈ, ਦੇਖੋ ਲੜ ਤਾਂ ਰਹੀ ਉਹਨਾਂ ਜੀ, ਇਸ ਪੱਖੋਂ ਤਾਂ ਆਪਾਂ ਉਹਨਾਂ ਦੀ ਆਲੋਚਨਾ ਨਹੀਂ ਕਰ ਸਕਦੇ, ਪਰ ਉਹਨਾਂ ਨੂੰ ਇਹ ਨੀਤੀ ਸਮਝਣ ਦੀ ਬਹੁਤ ਜ਼ਰੂਰੀ ਹੈ। ਪੰਜਾਂ ਕਰਕੇ ਪੰਜਾਬ ਨਾ ਬਰਬਾਦ ਹੋਇਆ ਨਾ ਬਚਾਇਆ ਜਾ ਸਕਦਾ ਉਹਨਾਂ ਤੋਂ ਬਿਨਾਂ, ਇਹ ਬਹੁਤ ਗਲਤ ਪਹੁੰਚ ਆ। ਪਰ ਇੱਕ ਸਮੱਸਿਆ ਜ਼ਰੂਰ ਹੈਗੀ ਆ ਵੀ ਜਦੋਂ ਆਪਾਂ ਕਹਿੰਦੇ ਬਾਹਰਲੇ ਮੁਲਕਾਂ 'ਚ ਜਾਂਦੇ ਹਾਂ, ਪਰ ਉਹ ਅਸੀਂ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰਕੇ ਜਾਂਦੇ ਹਾਂ ਨਾ ਜੀ, ਸ਼ਰਤਾਂ ਪੂਰੀਆਂ ਕਰਕੇ ਪਰਮਾਨੈਂਟ ਰੈਜੀਡੈਂਸ ਮਿਲਦੀ ਹੈ, ਸ਼ਰਤਾਂ ਪੂਰੀਆਂ ਕਰਕੇ ਨਾਗਰਿਕਤਾ ਮਿਲਦੀ ਹੈ, ਫਿਰ ਉੱਥੇ ਸਾਨੂੰ ਵੋਟ ਪਾਉਣ ਦਾ ਹੱਕ ਮਿਲਦਾ। ਖਹਿਰਾ ਸਾਹਿਬ ਦੇ ਪ੍ਰਾਈਵੇਟ ਬਿੱਲ ਨਾਲ ਤੁਸੀਂ ਸਹਿਮਤ ਹੋ ਜਾਣੀ ਕਿ ਨਹੀਂ? ਮੈਂ ਉਹ ਬਿੱਲ ਨਹੀਂ ਪੜਿਆ, ਮੈਨੂੰ ਲੱਗਦਾ ਇਹਦਾ ਕੋਈ ਨਾ ਕੋਈ ਮੋਟੇ ਤੌਰ ਤੇ ਇਹੀ ਆਧਾਰ ਹੈ, ਸਮਾਂ ਜਿਹੜਾ ਇਹਦਾ ਬਣਾਉਣਾ ਚਾਹੀਦਾ ਸਰਕਾਰ ਨੂੰ, ਜਿਹਦੇ ਵਿੱਚ ਇਹ ਵੀ ਨਾ ਹੋਵੇ ਵੀ ਤੁਸੀਂ ਇੱਥੇ ਉਹਨਾਂ ਦਾ ਕੰਮ ਕਰਨ ਦਾ ਹੱਕ ਆ ਉਹ ਵੀ ਖਤਮ ਹੋ ਜੇ, ਪਰ ਇੰਨੇ ਹੱਕ ਵੀ ਨਾ ਉਹਨਾਂ ਨੂੰ ਮਿਲਣ ਵੀ ਉਹ ਸਿਆਸਤ ਦੇ ਵਿੱਚ ਫੈਸਲਾ ਕੌਣ ਹੋ ਜਾਣ। ਬਾਕੀ ਕਈ ਗੱਲਾਂ ਨਾ ਜਜ਼ਬਾਤੀ ਹੁੰਦੀਆਂ ਨੇ। ਹੁਣ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਸਾਡੇ ਜਿਹੜੇ ਬਾਹਰ ਗਏ ਨੇ, ਤੀਜੀ ਪੀੜ੍ਹੀ ਪੰਜਾਬੀ ਨਹੀਂ ਰਹਿਣੀ ਜੀ ਉਹਨਾਂ ਦੀ, ਬਦਲ ਜਾਣਗੇ ਉੱਥੇ ਰਹਿੰਦੇ ਹੋਏ। ਜਿਹੜੇ ਇੱਥੇ ਆ ਕੇ ਪੰਜਾਬ 'ਚ ਰਹਿ ਰਹੇ ਨੇ, ਕਿਹੜਾ ਕਵਿਤਾ ਵੀ ਲਿਖੀ ਸੀ ਆਪਣੇ ਸੁਰਜੀਤ ਪਾਤਰ ਨੇ, ਆਨੰਦ ਕਿਸ਼ੋਰ ਵਾਲੀ, ਤੁਹਾਡੇ ਯਾਦ ਹੋਊ, ਮੇਰੇ ਯਾਦ ਆ ਸਰਕਾਰੀ ਸਕੂਲਾਂ 'ਚ ਜਿਹੜੇ ਪ੍ਰਵਾਸੀਆਂ ਦੇ ਬੱਚੇ ਪੜ੍ਹਦੇ ਨੇ, ਪੰਜਾਬੀ ਪੜ੍ਹਦੇ ਨੇ, ਪੰਜਾਬੀ ਬੋਲਦੇ ਨੇ, ਮਤਲਬ ਉਹ ਵਿਹਾਰ ਕਿਵੇਂ ਬਣ ਜੂ ਇਹ, ਮਤਲਬ ਦਲੀਲਬਾਜ਼ੀ ਆ ਜਿਹੜੀ ਉਹ ਦਰੁਸਤ ਰੱਖਣੀ ਚਾਹੀਦੀ ਆ। ਬਾਕੀ ਕੋਈ ਵੀ ਸੰਘਰਸ਼ ਆ, ਜਿੰਨਾ ਉਹ ਪੁਰਅਮਨ ਤੇ ਸ਼ਾਂਤੀਪੂਰਵਕ ਹੋਊ, ਕਿਸਾਨ ਘੋਲ ਦੇ ਤਜਰਬੇ ਤੋਂ ਸਿੱਖਣ ਦੀ ਲੋੜ ਆ, ਉਹਨਾਂ ਅਸੀਂ ਰਲ ਮਿਲ ਕੇ ਅੱਗੇ ਵੱਧ ਸਕਦੇ ਹਾਂ, ਪਾਟੋ ਤੁਹਾਡਾ ਤੇ ਗੱਲ ਤੋਂ ਬਚਣਾ ਚਾਹੀਦਾ। ਇੱਕ ਆਖਰੀ ਸਵਾਲ, ਅਮਤੋਜ ਮਾਨ ਬੋਲੇ ਕਿ ਦੇਖੋ ਪ੍ਰਵਾਸੀ ਅੱਜ ਪੰਜਾਬ ਦੇ ਹਿੱਤਾਂ ਨਾਲ ਕਿਉਂ ਨਹੀਂ ਖੜ ਰਹੇ, ਉਹ ਕਿਉਂ ਫੈਕਟਰੀਆਂ ਵਾਲਿਆਂ ਨਾਲ ਜਾ ਕੇ ਖੜ ਗਏ, ਕਿ ਉਹਨਾਂ ਨੂੰ ਪੰਜਾਬ ਦਾ ਪਾਣੀ ਗੰਦਾ ਹੁੰਦਾ ਨਹੀਂ ਦਿਖਦਾ? ਯਾਨੀ ਕਿ ਤੁਸੀਂ ਕਿਹਾ ਕਿ ਬੀਜੇਪੀ ਦੀ ਨੀਤੀ ਤਹਿਤ ਪੰਜਾਬ ਵਰਸਸ ਪ੍ਰਵਾਸੀ ਹੋ ਰਿਹਾ, ਪਰ ਆਮ ਤੌਰ 'ਤੇ ਜਿਹੜਾ ਧਰਾਤਲ 'ਤੇ ਸ਼ਖਸ ਹੈ ਜਿਹੜਾ ਦੇਖਦਾ ਹੈ ਸਾਰਾ ਕੁਛ ਫੋਨ 'ਤੇ ਟੀ ਵੀ 'ਤੇ, ਉਹਨੂੰ ਵੀ ਤਾਂ ਐਂ ਲੱਗੇਗਾ ਕਿ ਯਾਰ ਇਹ ਵਾਕਈ ਦੂਜੇ ਪਾਸੇ ਜਾ ਕੇ ਖੜਦੇ ਆ, ਉੱਧਰ ਸਟੇਜਾਂ ਲੱਗੀਆਂ, ਲੱਡੂ ਵੰਡੇ ਗਏ ਕੱਲ੍ਹ, ਪ੍ਰਵਾਸੀਆਂ ਦਾ ਵੀ ਇਕੱਠ ਸੀ। ਦੇਖੋ ਮਜ਼ਦੂਰ ਨੇ, ਮਾਲਕ ਜਿੱਧਰ ਮਜ਼ਦੂਰਾਂ ਨੂੰ ਤੋਰਦਾ ਅਗਲੇ ਉੱਧਰਲੇ ਪਾਸੇ ਤੁਰ ਪੈਂਦੇ ਨੇ, ਉਹਨਾਂ ਦੇ ਵਿੱਚ ਵੀ ਡਰ ਬਿਠਾਇਆ ਗਿਆ ਫੈਕਟਰੀਆਂ ਬੰਦ ਹੋ ਜਾਣਗੀਆਂ। ਹੁਣ ਪੰਜਾਬ ਦੇ ਕਾਰਖਾਨਿਆਂ 'ਤੇ ਲੇਬਰ ਤਾਂ ਬਹੁਤ ਪ੍ਰਵਾਸੀ ਵਾ, ਮਤਲਬ ਉਹਨਾਂ ਨੂੰ ਪ੍ਰੋਟੈਕਸ਼ਨ ਵੀ ਦਿੱਤੀ ਗਈ, ਉਹਨਾਂ ਨੂੰ ਉਭਾਰਿਆ ਵੀ ਗਿਆ, ਠੀਕ ਹੈ। ਪਰ ਜਦੋਂ ਤੁਸੀਂ ਕਾਰਖਾਨੇਦਾਰਾਂ ਖਿਲਾਫ ਲੜਾਈ, ਇੱਕ ਵੱਖਰਾ ਸਵਾਲ ਆ ਜੀ, ਸਰਕਾਰ ਦੀਆਂ ਨੀਤੀਆਂ ਸਹੀ ਬਣਾਉਣੀਆਂ, ਉਹਨਾਂ ਨੂੰ ਲਾਗੂ ਕਰਾਉਣਾ ਲੋਕਾਂ ਦੇ ਦਬਾਅ ਨਾਲ, ਸਰਕਾਰੀ ਮਸ਼ੀਨਰੀ ਨਾਲ, ਇੱਕ ਵੱਖਰਾ ਸਵਾਲ ਆ। ਸੋ ਚਿੰਤਾ ਦੇ ਮਸਲੇ ਹੈਗੇ ਨੇ, ਇਹਨਾਂ ਨੂੰ ਸੋਚਣਾ ਚਾਹੀਦਾ ਰਲ ਮਿਲ। ਸਰਕਾਰ ਦੇ ਐਕਸ਼ਨ ਨੂੰ ਕਿਵੇਂ ਦੇਖਦੇ ਹੋ? ਲੱਖਾ ਗ੍ਰਿਫਤਾਰ ਹੋਇਆ, ਹਰ ਕਿਸੇ ਨੂੰ ਅਮਤੋਜ ਹੋਣੇ ਵੀ ਲੁੱਕ ਲੁੱਕ ਕੇ ਪਹੁੰਚੇ, ਇਹ ਵਰਤਾਰਾ ਕਿਹੋ ਜਿਹਾ? ਤੜਕੇ 3-4 ਵਜੇ ਤੋਂ ਰੇਡ ਹੋਣੀਆਂ ਸ਼ੁਰੂ ਹੋ ਜਾਂਦੀਆਂ, ਦੂਜੇ ਪਾਸੇ ਉਹਨਾਂ ਨੂੰ ਇਕੱਠ ਕਰਨ ਦਿੱਤਾ ਜਾਂਦਾ, ਜੇ ਮਾਹੌਲ ਦਾ ਡਰ ਸੀ
ਤਾਂ ਫਿਰ ਪ੍ਰਵਾਸੀਆਂ ਵੀ ਨਾ ਕਰਨ ਦਿੰਦੇ ਇਕੱਠ। ਮੈਂ ਤੁਹਾਨੂੰ ਇਹ ਦੱਸਿਆ, ਇਹ ਸਰਕਾਰ ਆ ਜਿਹੜੀ ਇਹ RSS ਦੀ ਨੀਤੀਆਂ 'ਤੇ ਚੱਲ ਰਹੀ ਆ ਜੀ। ਇਹ ਇਹ ਜਿਹੜਾ ਇਹੋ ਜਿਹਾ ਕੁਛ ਪੰਜਾਬ 'ਚ ਹੋ ਰਿਹਾ, ਇਹ 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 ਬਿਲਕੁਲ ਉਹਨੂੰ ਇਹ ਕਰ, ਜਿਵੇਂ ਜਵਾਨਬੰਦੀ ਮੋਦੀ ਕਰਾ ਰਿਹਾ ਨਾ ਜੀ। ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਆ ਵੀ ਕਾਂਗਰਸ ਮੁਕਤ ਭਾਰਤ ਤੋਂ ਅੰਦੋਲਨ ਮੁਕਤ ਸੜਕ ਆ ਗਈ, ਫਿਰ ਸੰਸਦ ਵਿਰੋਧੀ ਧਿਰ ਮੁਕਤ ਆ ਗਈ, ਫਿਰ ਇਕੱਲੇ ਇਕੱਲੇ ਦੀ ਜਵਾਨਬੰਦੀ ਆ ਗਈ, ਜਿਵੇਂ ਏਜੰਸੀਆਂ ਦੀ ਵਰਤੋਂ ਕੀਤੀ ਗਈ। ਭਗਵੰਤ ਮਾਨ ਵੀ ਇਹੀ ਕਰ ਰਿਹਾ ਪੰਜਾਬ ਦੇ ਵਿੱਚ। ਜਿਹੜਾ ਬੰਦਾ ਵਿਧਾਨ ਸਭਾ 'ਚ ਕਿਸੇ ਬੰਦੇ ਨੂੰ ਕਹਿ ਸਕਦਾ ਚੁੱਪ ਕਰ ਜਾ, ਇਹ 3 ਦਿਨਾਂ ਬਾਅਦ ਵੀ ਚੁੱਪ ਕਰੇਗਾ, ਇਹਦਾ ਮਤਲਬ ਮੈਂ 3 ਦਿਨਾਂ ਬਾਅਦ ਤੈਨੂੰ ਗ੍ਰਿਫਤਾਰ ਕਰ ਲੂੰਗਾ, ਸਿੱਧੀ ਧਮਕੀ ਦੇ। ਜਿਵੇਂ ਮੈਨੂੰ ਵੀ ਗ੍ਰਿਫਤਾਰ ਕੀਤਾ ਜੀ, ਮੈਂ ਲੱਖੇ ਨੂੰ ਘੇਰਿਆ, ਉਹਦੀ ਕਾਰ ਭੰਨ ਰਹੇ ਨੇ, ਲੱਖਾਂ ਵੀ ਲੋਕਾਂ ਨੂੰ ਮਿਹਣੇ ਤਾਨੇ ਦੇ ਰਿਹਾ, ਗਾਲਾਂ ਵੀ ਕੱਢ ਰਿਹਾ ਜੀ, ਉਹ ਸਾਰੇ ਕਾਸੇ ਦੇ ਵਿੱਚ। ਮੈਂ ਕਹਿੰਦਾ ਸੰਭਲਣ ਦੀ ਲੋੜ ਆ, ਕਾਫੀ ਸੰਭਲਣ ਦੀ ਲੋੜ ਆ, ਸਰਕਾਰ ਆ ਜਿਹੜੀ ਜਬਰ ਤੇ ਉਤਾਰੂਗਾ। ਇੱਕ ਕਿਸੇ ਨੇ ਟਿੱਪਣੀ ਕੀਤੀ ਕਿ ਇਹ ਪਹਿਲੀ ਸਰਕਾਰ ਆ ਜਿਹੜੀ ਸੋਸ਼ਲ ਮੀਡੀਆ ਦੇਖਦੀ ਆ ਕਿ ਕੌਣ ਸਾਡੇ ਖਿਲਾਫ਼ ਬੋਲ ਰਿਹਾ, ਤੇ ਉਹਨਾਂ ਉੱਤੇ ਐਕਸ਼ਨ ਕਰ ਦਿੰਦੀ ਆ, ਕਿ ਬੋਲਣ ਦਾ ਵੀ ਹੱਕ ਹੈ ਨਹੀਂ। ਪਹਿਲੀਆਂ ਸਰਕਾਰਾਂ ਸ਼ਾਇਦ ਇੰਨਾ ਧਿਆਨ ਨਹੀਂ ਸੀ ਦਿੰਦੀਆਂ ਕਿ ਫੋਨ ਤੇ ਕੌਣ ਬੋਲੀ ਜਾਂਦਾ ਜਾਂ ਕਿਹਨੇ ਬੋਲਿਆ। ਨਹੀਂ ਦੇਖੋ, ਪਹਿਲਾਂ ਸੀ ਜਿਹੜਾ ਨਾ ਵਿਰੋਧੀ ਧਿਰ ਨੂੰ ਸੁਣਿਆ ਜਾਂਦਾ ਸੀ ਜੀ, ਸਹਿਮਤ ਹੋਵੋ ਤੁਸੀਂ ਨਾ ਹੋਵੋ, ਵੱਖਰੇ ਵਿਚਾਰਾਂ ਨੂੰ, ਕਿ ਜਮਹੂਰੀਤ ਦਾ ਮਤਲਬ ਇਹ ਆ ਵੱਖਰੇ ਵਿਚਾਰਾਂ ਦੀ ਗੱਲ ਆ, ਇਹ ਜਵਾਨਬੰਦੀ ਕਰਵਾਉਂਦੇ ਨੇ ਅਸੀਂ। ਮਤਲਬ ਤੁਸੀਂ ਜਿਹੜੇ ਵੀ ਤੁਸੀਂ ਦੇਖ ਲਓ ਮੀਡੀਆ ਦਾ ਵੀ ਇਹਨਾਂ ਨੇ ਕੀ ਕੀਤਾ ਹੋਇਆ, ਵਿਅਕਤੀਗਤ ਤੌਰ 'ਤੇ ਵੀ ਇਹ ਇਹ ਮਤਲਬ ਐਮ ਕਰਦੇ ਨੇ ਵੀ ਤਾਂ ਕਿ ਲੋਕ ਡਰ ਜਾਣ ਦਹਿਸ਼ਤ, ਪਰ ਇਹ ਸਫਲ ਨਹੀਂ ਹੁੰਦੇ ਹੁੰਦੇ ਜੀ। ਬਹੁਤ ਕਹਿੰਦਾ ਹੁੰਦਾ ਮੈਂ ਇੱਕ ਵਾਰ, ਉਹ ਸ਼ੇਰ ਆ, ਉਹ ਚਾਹੁੰਦੇ ਨੇ ਇਸ ਧਰਤ 'ਤੇ ਕੋਈ ਫੁੱਲ ਨਾ ਖਿੜੇ, ਜਿਹੜਾ ਖਿੜੇ ਬਸ ਉਹਨਾਂ ਦੀ ਕਣਸ ਦੀ ਸਜਾਵਟ ਬਣੀ, ਉਹ ਚਾਹੁੰਦੇ ਨੇ ਇਸ ਧਰਤ 'ਤੇ ਕੋਈ ਬੋਲ ਨਾ ਉੱਠੇ, ਜਿਹੜਾ ਉੱਠੇ ਬਸ ਉਹਨਾਂ ਦੀ ਹਾਮੀ ਭਰੇ। ਹਰ ਹਾਕਮ ਨੇ ਐਂ ਚਾਹਿਆ ਪਰ ਉਹ ਨਾਕਾਮ ਹੋਇਆ, ਇਹ ਵੀ ਨਾਕਾਮ ਹੋਣਗੇ ਜੀ। ਧੰਨਵਾਦ ਸਰ ਸਮਾਂ ਦੇਣ ਵਾਸਤੇ, ਜਿਹੜੀ ਗੱਲਬਾਤ ਹੋਈ ਉਮੀਦ ਕਰਦੇ ਹਾਂ ਲੋਕਾਂ ਤੱਕ ਪਹੁੰਚੀ ਹੋਏਗੀ। ਜਿਹੜੇ ਦੇਖ ਰਹੇ ਨੇ ਦਰਸ਼ਕ, ਕਮੈਂਟ ਸੈਕਸ਼ਨ 'ਚ ਤੁਸੀਂ ਵੀ ਆਪਣੇ ਵਿਚਾਰ ਰੱਖ ਸਕਦੇ ਹੋ। ਪੰਜਾਬ ਅਨਕਟ ਦੇਖਦੇ ਰਹੋ। ਧੰਨਵਾਦ, ਧੰਨਵਾਦ ਮਾਨੀ ਸਰ।